वाहेगुरु जी का खालसा, वाहेगुरु जी की फतेह। बीते वरे दे अक्तूबर महीने दीयां घटनावां ने समुचे सिख जगत विच भारी हलचल पैदा कीती सी। पहला गुरु ग्रंथ साहिब जी दी घोर बेअदबी अते फिर कोटकपुरा अते बैबल कलां विखे शांतमई रोस धरने दे रहे सिखां उत्ते पुलिस वल्लों कीती गई गोलीबारी ने दुनिया भर विच वसदे सिखां दे हिरदे वलुंदर के रख दित्ते सन। गुरु ग्रंथ साहिब जी दी बेअदबी करन वाले दोषी अज तक सामने नहीं आए ते दूजे पासे पंजाब सरकार बैबल कलां विच सिखां उत्ते गोलियां चलाउण दे दोषी पुलिस वालियां विरुद्ध कार्रवाई करन विच नाकाम रही है। इस गोलीकांड दी जांच करन लई बनाए गए सरकारी कमिशन वल्लों कीती जा रही ढिल मठ दे चलदियां पंजाब दीआं मनुखी हक्कां दीआं जथेबंदियां वल्लों इक लोक कमिशन बनाया गया है। इस लोक कमिशन वल्लों बीते दिन जनतक सुनवाई करदियां बैबल कलां ते कोटकपुरा घटनाक्रम संबंधी चशमदीद गवाहां दे बयान दर्ज कीते गए। इस समुची कारवाई बारे अज असी सिख सियासत वल्लों तुहाडे नाल इक खास रिपोर्ट सांझी करन जा रहे हां। पिंड बैबल कलां विच 14 अक्टूबर नूं चली गोली विच दो सिख नौजवान भाई गुरजीत सिंह सरावां अते भाई कृष्ण भगवान सिंह न्यामी वाला शहीद हो गए। ਇਹ ਦੋਵੇਂ ਉਸ ਧਰਨੇ ਵਿੱਚ ਸ਼ਾਮਲ ਸਨ ਜੋ ਕਿ ਬਹਿਬਲ ਕਲਾਂ ਦੇ ਨਜ਼ਦੀਕੀ ਪਿੰਡ ਬਰਗਾੜੀ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸਿੱਖ ਸੰਗਤਾਂ ਵੱਲੋਂ ਲਗਾਇਆ ਗਿਆ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ, ਉਸ ਤੋਂ ਬਾਅਦ ਬੇਅਦਬੀ ਹੋਈ, ਫਿਰ ਸਿੱਖ ਸੰਗਤਾਂ ਵਿੱਚ ਰੋਸ ਫੈਲਿਆ। ਪਰ ਅਕਾਲੀ ਸਰਕਾਰ ਵੱਲੋਂ ਦੋਸ਼ੀਆਂ ਨੂੰ ਲੱਭਣ ਦੀ ਬਜਾਏ ਸਿੱਖ ਸੰਗਤਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਦੋ ਸਿੱਖਾਂ ਦੀ ਸ਼ਹਾਦਤ ਹੋਈ, ਇਨਕੁਆਰੀਆਂ ਦਾ ਐਲਾਨ ਹੋਇਆ, ਪਰ ਅਮਲੀ ਰੂਪ ਵਿੱਚ ਕੁਝ ਨਹੀਂ ਹੋਇਆ। ਨਾ ਬੇਅਦਬੀ ਦੇ ਦੋਸ਼ੀ ਫੜੇ ਗਏ, ਨਾ ਸਰਕਾਰ ਨੂੰ ਇਹ ਪਤਾ ਲੱਗਾ ਕਿ ਦੋ ਸਿੰਘਾਂ ਨੂੰ ਗੋਲੀਆਂ ਕਿਸਨੇ ਮਾਰੀਆਂ। ਭਾਵੇਂ ਕਿ ਮੌਕੇ ਤੇ ਮੌਜੂਦ ਲੋਕ ਦੱਸਣ ਨੂੰ ਤਿਆਰ ਸਨ ਕਿ ਦੋਸ਼ੀ ਕੌਣ ਹੈ, ਪਰ ਹਕੂਮਤ ਸੁਣਨ ਨੂੰ ਤਿਆਰ ਨਹੀਂ। ਇਹਨਾਂ ਜ਼ਾਲਮਾਨਾ ਕਾਰਵਾਈਆਂ ਅਤੇ ਪੰਜਾਬ ਵਿੱਚ ਹੋਰ ਕਈ ਥਾਵਾਂ ਤੇ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਸਿੱਖ ਸੰਗਤ ਦੇ ਰੋਹ ਨੇ ਪੰਜਾਬ ਨੂੰ ਜਾਮ ਕਰ ਦਿੱਤਾ ਸੀ, ਪਰ ਅਕਾਲੀ ਸਰਕਾਰ ਨੇ ਜਿਵੇਂ ਜਿੱਦ ਫੜੀ ਹੋਈ ਸੀ ਕਿ ਦੋਸ਼ੀਆਂ ਨੂੰ ਫੜੇ ਬਿਨਾਂ ਹੀ ਸਿੱਖ ਰੋਹ ਨੂੰ ਦਬਾਉਣਾ ਹੈ। ਇਹਨਾਂ ਦਿਨਾਂ ਦੌਰਾਨ ਸਿੱਖ ਸਿਆਸਤ ਵੱਲੋਂ ਪਿੰਡ ਬਹਿਬਲ ਕਲਾਂ ਦਾ ਦੌਰਾ ਕੀਤਾ ਗਿਆ ਤੇ 14 ਅਕਤੂਬਰ ਨੂੰ ਹੋਏ ਗੋਲੀਕਾਂਡ ਮੌਕੇ ਮੌਜੂਦ ਲੋਕਾਂ ਨਾਲ ਗੱਲਬਾਤ ਕੀਤੀ ਗਈ। ਆਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਉੱਥੇ ਮੌਜੂਦ ਲੋਕਾਂ ਨੇ ਸਿੱਖ ਸਿਆਸਤ ਨੂੰ ਕੀ ਕਿਹਾ। ਦੋ ਪੁਲਿਸ ਦੀਆਂ ਜਿਹੜੀਆਂ ਉਧਰੋਂ ਆਈਆਂ ਸੀ ਉਹਨਾਂ ਨੇ ਲਾਈਟਾਂ ਬੰਦ ਕਰ ਦਿੱਤੀਆਂ। ਇੱਥੇ ਨੇ ਵੀ ਲਾਈਟਾਂ ਬੰਦ ਕਰਕੇ 4:30 ਦਾ ਟਾਈਮ ਸੀ। ਇੱਥੇ ਅਸੀਂ 100-150 ਬੰਦਾ ਸੀ ਤੇ ਜਦੋਂ ਆਏ ਪੁਲਿਸ ਵਾਲੇ ਇੱਕ ਇੱਧਰੋਂ ਵੀ ਆ ਗਏ ਉੱਧਰੋਂ ਵੀ ਆ ਗਏ। ਇੱਧਰੋਂ ਪਲਾਰ ਸੀ ਇੱਕ ਮੋਨਾ ਜਿਹਾ, ਪਤਾ ਨਹੀਂ ਕੀ ਨਾਂ ਉਹਦਾ, ਡੀ ਐਸ ਪੀ ਕਹਿੰਦੇ ਜੀ ਤੁਸੀਂ ਅਸੀਂ ਰੋਡ ਚਲਾਉਣਾ ਹੈ, ਅਸੀਂ ਕਿਹਾ ਚਲਾਓ, ਅੱਗੇ ਤੁਸੀਂ ਪਾਸੇ ਹਟ ਜਾਓ ਜਾਂ ਘਰ ਨੂੰ ਚਲੋ ਜਾਓ, ਬੈਠਣਾ ਜੀ ਜਾਂ ਗ੍ਰਿਫਤਾਰੀਆਂ ਦੇ ਦਿਓ। ਅਸੀਂ ਕਿਹਾ ਗ੍ਰਿਫਤਾਰੀਆਂ ਦੇ ਦਿੰਦੇ ਹਾਂ, ਪਾਸੇ ਉੱਪਰ ਖੜ ਗਏ। ਅਸੀਂ ਕਿਹਾ ਬੰਦੇ ਨੂੰ ਜਾ ਕੇ ਕਿਤੇ ਮਗਰੋਂ ਉੱਠਣ ਨਾ ਲੱਗ, ਉਹ ਪਾਸੇ ਖੜ ਗਏ। ਅਸੀਂ ਪੁਲਿਸ ਤੋਂ ਬਾਹਰ ਜਾ ਦਿੱਤਾ 56 ਬੰਦੇ। ਇੱਥੇ ਫਿਰ ਚਾਹ ਤੇ ਲੰਗਰ ਆਇਆ ਸੀ, ਉਹਨਾਂ ਨੇ ਪਹਿਲਾਂ ਚਾਹ ਲੰਗਰ ਡਾਕਟਰ ਛੱਡਿਆ ਪਾਣੀ, ਫਿਰ ਉਹਨਾਂ ਨੇ ਕੰਮ ਤੋੜਿਆ ਉੱਠਾ ਕਟਾ। ਫਿਰ ਸਾਨੂੰ ਲੈ ਗਏ, ਫਿਰ ਮਾਈਆਂ ਨੂੰ ਲੈ ਗਏ, ਮਾਈਆਂ ਬਗਰਾੜੀ ਛੱਡਤੀਆਂ ਕੁਝ ਬੰਦੇ ਸੀ ਉਹ ਫਿਰ ਉੱਥੇ। ਅਸੀਂ 100 ਕੁ ਬੰਦਾ ਸੀ ਬਹਿਬਲ ਦਾ, ਜੈਟੋ ਸਾਹਿਬ ਦੂਜੇ ਦਿਨ ਛੱਡਿਆ, 24 ਘੰਟੇ ਤੋਂ ਬਾਅਦ ਰੱਖ ਨਹੀਂ ਸਕਦੇ। ਆਪਣੇ ਇੱਥੇ ਇੱਕ ਤਾਂ ਜਨਰੇਟਰ ਸੀ,
ਇੱਕ ਆਪਣੇ ਟੈਂਟ ਲੱਗਿਆ ਸੀ ਉਹ ਸਾਰਾ ਸਾੜਿਆ, ਦੋ ਟਰਾਲੀਆਂ ਸੀ ਨਮਸਕਾਰ ਵੀ ਸਾਡੇ ਉਹਨੂੰ ਵੀ ਧੱਕਾ ਲਾਇਆ ਆਹ ਗੱਡੀ ਨੀ, ਪਤਾ ਨੀ ਪਰਮਾਤਮਾ ਦੀ ਕੋਈ ਇਹਦੀ ਕਿਰਪਾ, ਤਿੰਨੇ ਚੀਜ਼ਾਂ ਚੱਲੀਆਂ ਨੇ ਫੇਰ ਚੜ ਕੇ ਭੱਜਿਆ ਇਸ ਤਰ੍ਹਾਂ। ਫਿਰ ਉਹਨਾਂ ਨੇ ਮਗਰੋਂ ਜਿਹੜੇ ਬੰਦੇ ਨਾ ਝੁਣੇ ਪਏ ਸੀ ਬਿਸਲਾ ਮਾਰ ਕੇ ਸੱਤੇ ਆ ਫਿਰ ਲੈ ਕੇ ਗਏ ਆ, ਉਸ ਤੋਂ ਬਾਅਦ ਇੱਥੇ ਸਾਰੀ ਅੱਗ ਲਾ ਕਾਰਵਾਈ ਕਰਕੇ ਉੱਠ ਗਏ। ਸ਼ਾਮ ਨੂੰ ਬੇਸੰਗਤ ਆ ਗਈ ਲੰਗਰ ਪਾਏ ਢੋਦੇ ਸੀ ਸਮਾਨ ਢੋਦੇ ਜਿਹੜਾ ਕੋਈ ਲਿਆਉਂਦੇ ਸਬੂਤ ਹੋ ਗਿਆ ਨਾ ਬੰਦੇ ਮਰ ਕੇ ਇਹਨਾਂ ਨੇ ਕੇਸ ਬਣਾਉਣ ਦੇ ਮਰ ਨੇ ਸ਼ਰਮਾ ਪਹਿਲਾਂ ਆਪਣੇ ਲੈ ਕੇ ਨਾ ਉਹਨੂੰ ਇੱਥੋਂ ਬਦਲ ਕੇ ਉੱਥੇ ਭੇਜਦਾ ਸੀ। ਇੱਕ ਪੰਨੂ ਸੀਗਾ ਜਿਹੜਾ, ਇੱਕ ਸੀਗਾ ਆਪਣੇ ਕਲਾਰ, ਇਹ ਵੱਡੇ ਤਿੰਨ ਇਹੀ ਸੀਗੇ। ਉਸ ਤੋਂ ਬਾਅਦ ਹੋਰ ਨਾਲ ਪੁਲਿਸ ਬਹੁਤ ਸੀ, 150-200 ਬੰਦਾ ਸੀਗਾ। ਸਾਡੀ ਸੰਗਤ ਆਈ ਆ 3 ਵਜੇ, ਫਿਰ ਉਹ ਤਾਂ ਡਰ ਕੇ ਨਾ ਚਲੀ ਜਾਂਦੇ, CRP ਆ ਗਈ ਤੇ ਘਰੋਂ ਘਰੀ ਵੜ ਕੇ ਵਾਈ ਫਾਇਰ ਵੀ ਬਹੁਤ ਕੀਤੇ। ਧਰਨਾ ਆਪਣਾ ਦੂਜੇ ਦਿਨ ਲੱਗਾ ਤੂੰ ਹੈਗੇ ਜੀ ਉਹ ਜਿਹੜੇ ਉਹਨੇ ਆ ਗਰਾਊਂਡ ਗਰੂੰਡ ਡਿੱਗੇ ਆ ਪੱਟੇ ਉਹ ਵੀ ਪਏ ਆ ਖੋਖੇ ਵੀ ਹੈਗੇ ਮੋਢੇ ਤੇ ਜਿਹੜੇ ਲੱਗੇ 3 ਸਟਾਰ ਤੇ ਗੋਲੀਆਂ ਤੇ ਹੋਰ ਉਹਨੇ ਆ ਜਿਹੜੀਆਂ ਛਤਰੀਆਂ ਜਿਹੀਆਂ ਲਾਉਣੀ ਹੁੰਦੀ ਆ ਤਾਂ ਬਹੁਤ ਸਿੱਟ ਕੇ ਭੱਜ ਗਏ। ਜਾਂ ਜਿਹੜੇ ਆਪਣੇ ਉਹਨਾਂ ਕੋਲੇ ਹੁੰਦੇ ਆ ਰੋੜੇ ਰੋਕਣ ਵਾਲੇ ਸੱਜ ਦੇ ਉਹ ਵੀ ਬਹੁਤ ਸਿੱਟ ਉੱਠ ਕੇ ਭੱਜ ਗਏ। ਬਹੁਤ ਕੁਛ ਹੋਇਆ ਜੀ ਇੱਥੇ ਬੇਤਾ ਸਕਦੇ ਨੇ ਬੱਚਿਆਂ ਨੇ, ਫਿਰ ਇੰਨਾ ਮਤਲਬ ਵੀ ਬੇਪਰਵਾਹੀ ਫਿਰ ਗੋਲੀ ਪ੍ਰਵਾਹ ਨੀ ਕੀਤੀ ਕਿਸੇ ਨੇ, ਪਤਾ ਇਹਨੇ ਕੋਲੇ ਰੋਂਦੀ ਮੁੱਕ ਗਈ ਪਤਾ ਨੀ ਕਿਹਾ ਫਿਰ ਗੋਲੀ ਮੁੜ ਕੇ ਚਲਾਈ। ਬਾਅਦ ਚ ਫਿਰ ਆਏ ਜਦੋਂ ਆਖੋ ਜਿਹੜੇ ਖੋਖੇ ਖਾਖੇ ਸਾਰੇ ਇਕੱਠੇ ਕੀਤੇ ਇਹਨਾਂ ਨੇ ਖੋਖੇ ਜਿਹੜੇ ਉਹ ਸਾਡੇ ਕੋਲੇ ਸਬੂਤ ਨਾ ਕੱਲਾ ਭਗਵੰਤ ਮਾਨ ਨੇ ਆਵਾਜ਼ ਉਠਾਈ ਹੈ ਇੱਥੇ ਉਹਦੇ ਮੁੜ ਕੇ ਪਹਿਲਾਂ ਦਾ 3 ਦਿਨ ਤਾਂ ਖਬਰ ਹੀ ਨੀ ਦਿੱਤੀ ਆ ਗੋਲੀ ਮੰਗਦਾ ਸੰਗ ਦੇ ਹੋਏ ਵੀ ਜਿਹੜੇ ਕਾਤਲ ਹੈ ਇਹਨਾਂ ਦੇ ਸਿੰਘਾਂ ਦੇ ਉਹਨਾਂ ਤੇ ਕੇਸ ਬਣਾ ਕੇ ਉਹਨਾਂ ਨੂੰ ਜੇਲ੍ਹ ਭੇਜੋ ਤੇ ਉਹਨਾਂ ਤੇ ਕੇਸ ਚਲਾਓ ਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਜਿਹਨਾਂ ਨੇ ਬੇਅਬਦੀ ਕੀਤੀ ਹੈ ਉਹ ਸਹੀ ਕਾਤਲ ਉਹ ਸਹੀ ਮਤਲਬ ਦੋਸ਼ੀ ਫੜੋ। ਮੈਨੂੰ ਮਾਨ ਸਾਹਿਬ ਨੇ ਫੋਨ ਕਰਤਾ ਸੀ ਤੁਹਾਡੇ ਤੇ ਪਰਚਾ ਹੋ ਗਿਆ ਮਾਨ ਜੀ ਫੋਨ ਦੂਜੇ ਪਾਸੇ ਨੀ ਕੋਈ ਇਹ ਤਾਂ ਮਗਰੋਂ ਮਾਫ਼ ਕੀਤੇ ਜਦੋਂ ਬੋਲਿਆ ਸੁਖਬੀਰ ਪਰਚਾ ਹੋ ਗਿਆ 800 ਬੰਦੇ ਨਾਲ ਦੱਸਿਆ ਇਹਨਾਂ ਨੇ ਸਾਰਾ ਇਹ ਨੀ ਪਤਾ ਵੀ ਇੱਥੋਂ ਵਾਲੇ ਕਿ ਹੋਰ ਕਿਤੇ ਪਏ ਵੈਸੇ ਤਾਂ ਇੱਥੋਂ ਹੀ ਇਹਨਾਂ ਨੇ ਮੁਕਾਬਲਾ ਬਕਾਇਦਾ। ਹੁਣ ਜਦੋਂ ਖਬਰਾਂ ਹੀ ਦਿੰਦੇ ਆ ਵੀ ਜਿਹੜੇ ਪਹਿਵਲ ਗੋਲੀ ਚੱਲੀ ਉਹ ਕੇਸ ਵਾਪਸ ਵੀ ਅਸੀਂ ਪਰਚਾ ਕੋਈ ਨਹੀਂ ਸਾਰਾ ਧੱਕੇ ਸਾਈ ਹੋਈ ਜੋ ਸੰਗ ਸਾਥ ਮੇ ਬੈਠੀ ਹੈ ਕੋਈ ਸਾਡਾ ਕੋਈ ਝਗੜਾ ਹੀ ਕੋਈ ਨਹੀਂ ਸੀ ਕੋਈ ਇਹ ਵੀ ਸਾਡਾ ਅਸੀਂ ਐਵੇਂ ਅਸੀਂ ਐਵੇਂ ਕਰੀਏ ਸਾਡਾ ਰਸਤਾ ਰੋਕਿਆ ਸੀ ਬਿਲਕੁਲ ਇਹ ਬਿਲਕੁਲ ਹੀ ਪਿੱਛੇ ਬੈਠੇ ਸੀ ਨਾਲੇ ਮੋਟਰਸਾਈਕਲ ਤੇ ਆ ਸੀ ਕੀ ਉਹ ਤਾਂ ਪਿੰਡ ਨੂੰ ਹਾਂ ਉਹੀ ਗੱਲ ਸੀ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸੰਬੰਧ 'ਚ ਜਿਹੜਾ ਧਰਨਾ ਸੀਗਾ ਸਾਡਾ ਬਹਿਬਲ ਕਲਾਂ ਤੋਂ ਬਠਿੰਡਾ ਰੋਡ ਬਾਜਾ ਮਾਇਆ ਕੋਟਕਪੁਰਾ ਜਿਹੜਾ ਇੱਥੇ ਸਾਡਾ ਧਰਨਾ ਚੱਲ ਰਿਹਾ ਸੀਗਾ ਸ਼ਾਂਤਮਈ ਰੋਸ ਮਾਰਚ ਸੀਗਾ। ਕਿੱਦਣ ਸ਼ੁਰੂ ਕੀਤਾ ਸੀ? ਅਸੀਂ ਇਹ ਕੀਤਾ 13 ਤਰੀਕ ਨੂੰ 13 ਤਰੀਕ ਨੂੰ ਸ਼ੁਰੂ ਕੀਤਾ। ਅੱਛਾ। ਅਤੇ ਸਾਰਾ ਦਿਹਾੜੀ ਚੱਲਦਾ ਰਿਹਾ ਸ਼ਾਂਤਮਈ ਰੋਸ ਮਾਰਚ ਕਰੀ ਗਏ, ਵਾਹਿਗੁਰੂ ਦਾ ਜਾਪ ਕਰੀ ਜਾਂਦੇ, ਸਤਨਾਮ ਵਾਹਿਗੁਰੂ ਦਾ ਜਾਪ ਕਰਦੇ। ਉਸ ਤੋਂ ਸੁਬਹਾ 3:30 ਰਾਤ ਨੂੰ ਸਾਡੇ ਪੁਲਿਸ ਆਈ ਆ 3-4 ਬੰਦਾ 14 ਤਰੀਕ ਨੂੰ ਸੁਬਹਾ ਜੀ, ਉਹ ਸਾਡੇ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ। ਕੁਛ ਜਦੋਂ ਚਲੋ ਹੋਕਾ ਗਿਆ, ਹੋਕਾ ਤੋਂ ਫਿਰ ਦੁਬਾਰਾ ਵਾਪਸ ਸੰਗਤ ਆਈ ਅਤੇ ਉਹ ਫਿਰ ਇੱਥੇ ਬੈਠ ਕੇ ਉਹਨਾਂ ਨੂੰ ਫਿਰ ਲੈ ਕੇ ਉਹ ਬਰਗਾੜੀ ਚੌਂਕੀ ਲੈ ਗਿਆ, ਕੁਛ ਸਾਡੇ ਜੈਤੋ ਥਾਣੇ ਬੰਦ ਕਰਤੇ ਲਿਜਾ ਕੇ ਸਿੰਘ। ਚਲੋ ਉਹਦੇ ਰੋਸ 'ਚ ਜਦੋਂ ਦੁਬਾਰਾ ਫਿਰ ਅਸੀਂ ਇੱਥੇ ਆਏ, ਉਹਨੇ ਵੀ ਇੱਥੇ ਧਰਨਾ ਨਹੀਂ ਲਾਉਂਦੇ, ਉਹਨਾਂ ਨੇ ਰੋਡ ਚਲਾਤਾ। ਜੋ ਰੋਡ ਚਲਾਤਾ ਅਸੀਂ ਉੱਥੇ ਸਾਹਮਣੇ ਲਿੰਕ ਰੋਡ ਦੇ ਉੱਪਰ ਧਰਨਾ ਜਿਹੜਾ ਸਾਡਾ ਸੀ ਸ਼ਾਂਤਮਈ ਚੱਲੀ ਜਾਂਦਾ ਸੀਗਾ। ਅਸੀਂ ਵੀ ਚਲੋ ਤੁਹਾਨੂੰ ਕੀ ਤਕਲੀਫ ਆ, ਇਹਨਾਂ ਵੀ ਇੱਥੋਂ ਵੀ ਚੱਕੋ ਧਰਨਾ, ਅਸੀਂ ਵੀ ਤੁਹਾਨੂੰ ਕੀ ਤਕਲੀਫ ਹੈ ਵੀ ਜੋ ਰੋਡ ਤੁਸੀਂ ਚਾਲੂ ਕਰ ਲਿਆ ਆਪਦਾ, ਅਤੇ ਸਾਨੂੰ ਰੋਸ ਵੀ ਨਹੀਂ ਵਿਖਾਉਣ ਦੇਣਾ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਨਾਲ ਬੇਅਦਬੀ ਹੋਈ ਹੈ, ਸਾਡੇ ਗੁਰੂ ਨਾਲ ਬੇਅਦਬੀ ਕੀਤੀ ਹੈ। ਚਲੋ ਇਹ ਇਹ ਜਿਹੜੀ ਗੱਲ ਕਹਿ ਰਹੇ ਆ, ਹਾਂਜੀ, ਵੀ ਅਸੀਂ ਲਿੰਕ ਰੋਡ ਤੇ ਬੈਠੇ ਸੀਗੇ ਸਾਰੇ, ਆਮ ਤਾਂ ਗੱਲ ਇਹੀ ਆਈ ਵੀ ਮੇਨ ਰੋਡ ਤੇ ਬੈਠੇ, ਵਾਕਈ ਲਿੰਕ ਰੋਡ ਤੇ ਬੈਠੇ ਖੜੇ ਸਾਰੇ ਅਮਰਜੀਤ ਸਿੰਘ ਚੰਗਲ ਦਾ ਝੂਠ ਮਾਰ ਕੇ ਕਦੇ ਵੀ, ਹਾਂਜੀ ਇਸ ਲਿੰਕ ਰੋਡ ਤੇ ਬੈਠਿਆ ਸੀ, ਲਿੰਕ ਰੋਡ ਤੇ ਸਾਡੇ ਨਾਲ ਵਾਕਾ ਹੋਇਆ। ਠੀਕ ਹੈ, ਕਿਹੜੇ ਕਿਹੜੇ ਆਫਿਸਰ ਸੀਗੇ? ਜੈਤੋੜਾ ਡੀਐਸਪੀ, ਇਹ ਬੰਦੇ ਸੀ ਨਾਲ ਫੋਰਸ ਸੀ ਜੋ, ਇਹਨਾਂ ਨੇ ਆ ਕੇ ਸਾਰਾ ਕਾਰਵਾਈ ਕੀਤੀ ਹੈ। ਗੋਲੀ ਚਲਾਈ ਹੈ, ਉਹ ਤੁਸੀਂ ਕੁੱਟਦੇ ਜਾਂਦੇ ਮੋਟਰ ਤੇ ਉਹ ਲੱਗੀ ਹੈ ਜਿਹੜੀ ਡਾਂਗਾ ਨਾਲ, ਉਦੋਂ ਬਾਅਦ ਫਿਰ ਜਦੋਂ ਕਈ ਤੋਂ ਜ਼ਿਆਦਾ ਹੋ ਗਏ ਉੱਠ ਕੇ ਤੇ ਮੁੜ ਕੇ ਗੋਲੀ ਚਲਾਤੀ ਬਾਅਦ ਚ। ਹਾਂਜੀ ਹਾਂਜੀ, ਲੱਗੀਆਂ ਡਾਂਗਾ 3 ਵਾਰ ਕਹਿੰਦੀ, ਉਦੋਂ ਬਾਅਦ ਗੋਲੀ ਫਿਰ ਚਲਾਈ ਇਹਨਾਂ ਨੇ, ਫਿਰ ਬਾਹਲੀ ਹੋ ਗਿਆ ਨਾ ਮੂਹਰੋਂ ਡਲੇ ਡੁਲੇ ਮਾਰਨ ਲੱਗ ਪਏ, ਜਦੋਂ ਫਿਰ ਪੈ ਗਏ ਫਿਰ ਗੋਲੀ ਚਲਾਤੀ ਇਹਨਾਂ ਨੇ। ਮੈਂ ਉਹਨੂੰ ਆਖਿਆ ਡੀਐਸਪੀ ਨੂੰ, ਮੈਂ ਕਿਹਾ ਤੁਸੀਂ ਕੰਮ ਨਾ ਕਰੋ, ਤੁਸੀਂ ਜਨਤਾ ਨੂੰ ਛੇੜਦੇ ਜਾਣ ਕੇ, ਜਨਤਾ ਬੜੀ ਸ਼ਾਂਤਮਾਈ, ਉਹ ਜੋ ਡਾਂਗਾ ਭਰਾ ਦੀਆਂ, ਮੈਂ ਕਿਹਾ ਹੁਣ ਤੂੰ ਅੱਗ ਪਾਈ ਜਾਣਾ, ਹੁਣ ਤੂੰ ਜਨਤਾ 'ਚ ਅੱਗ ਪਾਈ ਜਾਣਾ, ਮਤਲਬ ਮਰੀ ਉਹਨੇ ਮੇਰੇ ਵੀ ਡਾਂਗਾ 2-4 ਮਾਰ ਗਿਆ, ਮੈਂ ਉਹਨੂੰ ਨਾਲ ਪ੍ਰਾਪਤ ਹੋ ਜਾਣਾ, ਮੈਨੂੰ ਭੱਜਦਾ ਨਹੀਂ, ਮਾਂ ਵਿੱਚ ਨਹੀਂ ਭੱਜੀ ਦਾ, ਮੈਂ ਬਿਮਾਰ ਬੰਦਾ ਮੈਂ ਕਿ ਭੱਜਾਂ, ਮੈਂ ਉਹ ਨਾਲ ਉੱਥੇ 2-3 ਮੁੜਿਆ, ਮੁੜ ਕੇ ਮੈਂ ਚਲ ਪਿੰਡ ਚੱਲਦੇ ਨੂੰ ਹਟਾ ਦੇਣਗੇ, ਮੁੜ ਕੇ ਸੀਟੀ ਮਾਰ ਕੇ ਫਿਰ ਮੁੜਿਆ, 5 ਵਾਰੀ ਮੰਗ ਪਿਆ ਜਨਤਾ ਦੇ, ਇੱਕ ਦੀਆਂ ਨਹੀਂ ਮਗਰ ਪਿਆ, 5 ਵੀ ਆ ਇੱਥੇ ਫਿਰ ਇਹਨੇ ਗੋਲੀ ਚਲਾਈ ਜਾਣ ਕੇ। ਕਿੱਥੋਂ ਖੜ ਕੇ ਚਲਾਈ ਗੋਲੀ? ਉਹ ਕਵਰੇਜ ਹੋਈ ਅਗਲੇ ਪਾਸੇ ਸਾਰੀ ਸੰਗਤ ਸੀਗੀ, ਜੋ ਉਧਰੋਂ ਵਾਪਸ ਮੁੜ ਕੇ ਆ ਗਏ ਨਾ ਸੰਗਤ, ਫਿਰ ਇਹਨਾਂ ਨੇ ਦੁਬਾਰੇ ਫਿਰ ਗੋਲੀ ਵੀ ਐਂ ਨਹੀਂ ਜਾਂਦੇ ਪੈਰ ਖੋਲਦੇ, ਫਿਰ ਉਹਨੇ ਪੈਰ ਖੋਲਿਆ ਜੀ, ਉਹਦੇ ਨਾਲ ਫਿਰ 2 ਮੁੰਡਿਆਂ ਦੀ ਗੋਲੀਆਂ ਲੱਗ ਕੇ ਮੌਤ ਹੋ ਗਈ। ਕਈ ਅਫਸਰਾਂ ਨੇ ਚਲਾਈ, ਫਿਰ ਪਤਾ ਲੱਗਾ
ਜਦੋਂ ਹੋਈ ਆਪਣੀ ਇਹ ਗੱਲ ਤੁਸੀਂ ਇੱਥੇ ਹਾਜ਼ਰ? ਹਾਂ ਇੱਥੇ ਹਾਜ਼ਰ ਸੀ। ਕਿੱਦਾਂ ਹੋਈ ਸਾਰੀ ਗੱਲ? ਇਹ ਪਹਿਲਾਂ ਆ ਕੇ ਉਹਨਾਂ ਨੇ ਡਾਂਗ ਭਰਾ ਤੇ, ਉਦੋਂ ਬਾਅਦ ਉਹ ਸੰਗ ਦੋ ਕੇ ਫਿਰ ਉਹਨਾਂ ਨੇ ਫਾਇਰ ਚਲਾ ਦਾ। ਅੱਛਾ। ਫਿਰ ਉਹ ਦੋ ਮੁੰਡਿਆਂ ਤੇ ਗੋਲੀਆਂ ਲਾਈਆਂ, ਦੋ ਤਿੰਨ ਫੱਟਰ ਹੋ ਗਏ। ਇਹ ਮੇਰੇ ਲੱਗ ਗਏ। ਤੁਹਾਡੇ ਕਿੱਦਾਂ ਲੱਗੀ? ਹਾਂ ਇਹ ਜਵਾਨ ਜੋ ਮੈਂ ਚੱਕਣ ਲੱਗਦੇ ਸੀ ਨਾ, ਉਹ ਚੋਂ ਡਿੱਗ ਪਏ। ਇਹ ਗੁਰੂ ਸਰ ਵਾਲਾ ਮੁੰਡਾ ਸੀ, ਇੱਕ ਨੈਮੀ ਵਾਲਾ ਸਰਾਂ ਵਾਲਾ। ਉਦੋਂ ਬਾਅਦ ਫਿਰ ਹੱਲਾ ਬੋਲ ਕੇ ਭੱਜ ਗਏ ਫਿਰ ਪੁਲਿਸ ਵਾਲਿਆਂ ਨੇ। ਉਦੋਂ ਫਿਰ ਜਦੋਂ ਬੰਦੇ ਡਿੱਗ ਪਏ, ਉਦੋਂ ਬਾਅਦ ਫਿਰ ਕਹਿੰਦਾ ਉਹਨਾਂ ਕੋਲ ਅਸਲਾ ਮੌਕੇ ਤੇ ਖਣੀ ਹੋਈ ਬੋਲ ਸੀਗੇ, ਭੱਜ ਗਏ ਸੀਗੇ ਫਿਰ ਸਾਰੇ। ਅਸੀਂ ਇੱਧਰ ਮੁੜ ਕੇ ਪੈਣ ਨੂੰ ਉੱਠ ਕੇ ਉਹਨਾਂ ਨੂੰ ਚੱਕ ਕੇ, ਉਸ ਤੋਂ ਬਾਅਦ ਚਾ ਕੇ ਇਹ ਅੱਗ ਲਾ ਕੇ ਗਏ ਆਪਦੀਆਂ ਗੱਡੀਆਂ ਨੂੰ ਅੱਗ ਲਈ। ਸਾਡੇ ਟੈਂਟ ਸਾੜਿਆ, ਸਾਡਾ ਚਲਾਇਆ ਹੋਇਆ ਸੀਗਾ, ਸਾਡਾ ਜਨਰੇਟਰ ਪਿਆ ਸੀ ਇੱਥੇ, ਸਾਡਾ ਲੰਗਰ ਵਾਲੇ ਭਾਂਡੇ ਚੱਕ ਕੇ ਮੋਟਰਸਾਈਕਲ ਭੰਨ ਗਏ, ਕੁਛ ਅੱਗ ਲਾ ਗਈ ਜੀ। ਦੋ ਟਰਾਲੀਆਂ ਥਾੜ ਰਹੀਆਂ, ਸਾਡੇ ਜਨਰੇਟਰ ਸੀਗਾ, ਜਨਰੇਟਰ ਨੂੰ ਵੀ ਅੱਗ ਲਾ ਗਈ, ਆਪਦੀਆਂ ਗੱਡੀਆਂ ਨੂੰ ਵੀ ਆਪ ਹੀ ਅੱਗ ਲਾ ਗਏ। ਕਿਉਂਕਿ ਇੱਥੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਦੋ ਸਿੰਘ ਸ਼ਹੀਦ ਹੋ ਗਿਆ, ਹੁਣ ਸਭ ਸਾਡੇ ਤੇ ਕਾਰਵਾਈ ਪਊਗੀ। ਉਹਨਾਂ ਨੇ ਇਹ ਗੱਲ ਲੁਕਾਉਣ ਦੀ ਖਾਤਰ ਵਾਸਤੇ ਤੇ ਸਾਡੇ ਆਪਦੀ ਆਪ ਗੱਡੀਆਂ ਨੂੰ ਅੱਗ ਲਾ ਦਿੱਤੀ, ਨਾਲ ਸਾਡੇ ਹੁਣ ਅਸੀਂ ਵੀ ਆਪਦੇ ਚੀਜ਼ਾਂ ਨੂੰ ਕਿਵੇਂ ਅੱਗ ਲਾ ਦਾਂਗੇ? ਇੱਕ ਗੁਰੂ ਦੀ ਖਾਤਰ ਅਸੀਂ ਰੋਸ ਧਰਨਾ ਦਿੱਤਾ, ਅਸੀਂ ਆਪਦਾ ਕਿਵੇਂ ਆਪ ਸਾੜ ਦਾਂਗੇ? ਸਮਾਨ ਸਾੜ ਦਾਂਗੇ? ਤੁਹਾਡੇ ਮਨ ਚਾਹੁੰਦੀ ਗੱਲ, ਅਸੀਂ ਆਪਦਾ ਸਮਾਨ ਆਪ ਸਾੜ ਦਾਂਗੇ? ਸਾਰਾ ਟੈਂਟ ਸਾੜ ਗਏ, ਉਹ ਟਰਾਲੀਆਂ ਸਾੜ ਗਏ, ਸਕੂਟਰ ਸਾੜ ਗਏ, ਅਸੀਂ ਭਲਾ ਕਿਵੇਂ ਸਾੜ ਦਾਂਗੇ? ਸਾਨੂੰ ਸਾੜਨ ਦੀ ਲੋੜ? ਤਿੰਨ ਚਾਰ ਚਾਨੀਆਂ ਸੀ। ਅੱਛਾ। ਜਦੋਂ ਜੀ ਇੱਥੇ ਬਾਹਰ ਜਿੱਥੇ ਜੈਂਪ ਹੈ, ਇੱਥੇ ਸੰਗਤ ਬੈਠੀ ਸੀਗੀ ਅਤੇ ਮੇਰੀਆਂ ਦੋ ਛੋਟੀਆਂ ਬੇਟੀਆਂ, ਮੇਰੇ ਘਰ ਦੇ ਹੋਰ ਮਾਈਆਂ ਸਿੰਘ ਨਾਲ ਬੈਠੀਆਂ, ਪਿੱਛੇ ਅਸੀਂ ਸੰਗਤ ਬੈਠੀ ਸੀਗੀ, ਲੰਗਰ ਵੀ ਛੱਕ ਰਹੇ ਸੀ, ਅੱਗੇ ਛੱਕ ਲਿਆ ਸੀ, ਪਿੱਛੇ ਛੱਕੀ ਜਾਂਦੇ ਸੀ। ਉਸ ਤੋਂ ਬਾਅਦ ਜਦੋਂ ਇਹ ਆਏ ਪੁਲਿਸ ਵਾਲੇ, ਬਹੁਤ ਜ਼ਿਆਦਾ ਫੋਰਸ ਆਈ ਸੀ, ਜਦੋਂ ਇਹ ਮੋਗੇ ਵਾਲੇ ਆਏ ਹੈ ਉਦੋਂ ਆਉਣ ਸਾਰ ਸਿੱਧੇ ਉੱਤਰ ਕੇ ਅਤੇ ਇੱਥੇ ਚਲੇ ਗਏ ਆਪਣੇ, ਮਤਲਬ ਐਂ ਕੰਧ ਬਣਾ ਕੇ ਚਲੇ ਗਏ ਆ। ਅਤੇ ਉਸ ਤੋਂ ਬਾਅਦ ਮਾਈਆਂ ਨੂੰ ਕਹਿੰਦੇ ਵੀ ਭੈਣੋ ਵੇਖੋ ਤੁਸੀਂ ਸਾਡੀਆਂ ਭੈਣਾਂ ਵਰਗੀਆਂ ਮਾਵਾਂ ਵਰਗੀਆਂ, ਤੁਸੀਂ ਇਹਨਾਂ ਬੱਚਿਆਂ ਨੂੰ ਲੈ ਕੇ ਘਰੇ ਜਾ ਵੜੋ। ਉਹ ਹਜੇ ਉੱਠ ਕੇ ਪਿੱਛੇ ਹੀ ਨਹੀਂ ਹਜੇ ਹਟਿਆ ਸੰਗਤ ਦੇ, ਅਤੇ ਉਹਨਾਂ ਨੇ ਮਤਲਬ ਕਿ ਨਾਲ ਦੀ ਨਾਲ ਇਹ ਕੰਮ ਕਰਤਾ ਵੀ ਇੱਥੋਂ ਉੱਠ ਜਾਓ। ਅਤੇ ਉਹ ਕਹਿੰਦੇ ਵੀ ਅਸੀਂ ਤਾਂ ਮਤਲਬ ਆਪਦੇ ਗੁਰੂ ਦੀ ਖਾਤਰ ਸਾਈਡ 'ਤੇ ਬੈਠੇ ਹਾਂ, ਰਸਤਾ ਛੱਡੀ ਬੈਠੇ ਹਾਂ ਕੋਟਕਪੂਰਾ ਰੋਡ, ਅਤੇ ਅਸੀਂ ਸਾਈਡ 'ਤੇ ਆਪਦੇ ਲਿੰਕ ਰੋਡ 'ਤੇ ਬੈਠੇ ਹਾਂ, ਇਸ ਕਰਕੇ ਉਹ ਕਹਿੰਦਾ ਕੁਛ ਨਹੀਂ ਸੁਣਨੀ, ਬਸ ਡਾਂਗ ਭਰਾ ਦਿਓ। ਉਹਨੇ ਡਾਂਗ ਭਰਾਉਣ ਲੱਗ ਗਏ ਆ, ਚੱਲ ਆਪਣੀ ਸੰਗਤ ਪਿੱਛੇ ਹਟਦੀ ਗਈ ਹੈ ਜੀ। ਉਹ ਮੇਰੇ ਵੱਡੇ ਭਾਈ ਸਾਹਿਬ ਅਤੇ ਇੱਕ ਇਹ ਭਾਈ ਸਾਹਿਬ ਇਹ ਵੀ ਇੱਥੇ ਹੀ ਸੀਗੇ, ਇੱਕ ਇੱਥੇ ਆਪਣਾ ਕਾਰ ਸੇਵਾਲਾਂ ਦਾ ਡਰਾਈਵਰ ਸੀ ਜੀ, ਉਹ ਤਾਂ ਮੁੜ ਗਿਆ ਹੁਣ ਇੱਥੋਂ, ਉਹ ਵੀ ਇੱਥੇ ਹੀ ਸੀਗੇ, ਉਹਨਾਂ ਦੇ ਵੀ ਸੱਟਾਂ ਲੱਗੀਆਂ ਜੀ। ਹਾਂਜੀ ਹਾਂਜੀ। ਅਤੇ ਉਦੋਂ ਬਸ ਜਦੋਂ ਇਹ ਉੱਥੋਂ ਪਿੱਛੇ ਤੱਕ ਦਵੱਲਿਆ ਆ, ਉੱਧਰੋਂ ਜਦੋਂ ਵਾਪਸ ਆਏ ਆ, ਆਪਣੀ ਸੰਗਤ ਪਿੱਛੇ ਹਟ ਗਈ, ਚੱਲ ਉਦੋਂ ਪਿੰਡਾਂ ਦੇ ਵਿੱਚ ਫੋਨ ਹੋ ਗਏ ਵੀ ਆਹ ਗੱਲ ਹੋ ਗਈ, ਪਿੰਡਾਂ 'ਚੋਂ ਸੰਗਤ ਆਉਣ ਲੱਗ ਗਈ। ਅਤੇ ਇੱਥੇ ਜਦੋਂ ਉੱਧਰੋਂ ਵਾਪਸ ਆਏ, ਫਿਰ ਆ ਕੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਲੰਗਰ ਛਕਿਆ ਜੀ ਇੱਥੇ। ਜਦੋਂ ਪੁਲਿਸ ਵਾਲਿਆਂ ਨੇ ਜਿਹੜਾ ਆਪਣਾ ਲੰਗਰ ਪਿਆ ਸੀ ਟੋਕਰਿਆਂ ਦੇ ਵਿੱਚ ਦਾਲਾਂ ਪੰਜਾਂ ਦੀ ਚਾਰ ਪਿਆ ਸੀ, ਉਹ ਕਿਸੇ ਨੇ ਕੋਕਲੀਆਂ ਬਣਾ ਲਈਆਂ, ਕਿਸੇ ਨੇ ਕੋਲ ਬਣਾ ਲਿਆ ਵੱਧਾ ਵਧਾ ਖਾ ਕੇ ਕਰਾਂ, ਖਾ ਕੇ ਤੇ ਇੱਥੇ ਖੜ ਗਿਆ। ਅਤੇ ਉਹਨਾਂ ਨੇ ਮਤਲਬ ਬੈਂਚ ਮੂਧਾ ਮਾਰਤਾ ਭਾਂਡਿਆਂ ਵਾਲਾ ਜੀ, ਉਹ ਭਾਂਡਿਆਂ ਵਾਲਾ ਬੈਂਚ ਮੂਧਾ ਮਾਰਨੇ ਕਰਕੇ ਉਹ ਵੱਡੇ ਭਾਈ ਸਾਹਿਬ ਨੇ ਕਿਹਾ ਵੀ ਤੁਸੀਂ ਜੀ ਵੇਖੋ ਰੋਟੀ ਲੰਗਰ ਛਕਿਆ ਅਤੇ ਭਾਂਡਿਆਂ ਦਾ ਕੀ ਦੋਸ਼ ਹੈ ਤੈਨੂੰ ਇਹਨਾਂ ਮੂਧੇ ਮਾਰਨੇ? ਉਹਨਾਂ ਨੇ ਉਹਦੇ ਡਾਂਗ ਮਾਰੀ ਹੈ ਜੀ। ਹੈਂਜੀ। ਜਦੋਂ ਡਾਂਗ ਮਾਰੀ ਤਾਂ ਉਹਨੂੰ ਕਹਿੰਦੇ ਤੂੰ ਜਾਂਦਾ ਨੀਗਾ, ਉਹ ਕਹਿੰਦੇ ਇਹ ਬੁੜੇ ਆਦਮੀ ਆ, ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ, ਮੈਂ ਤਾਂ ਆਹ ਜਿਹੜਾ ਬੰਦਾ ਰੇਹੜੀ 'ਤੇ ਖੜਾ, ਮੈਂ ਤਾਂ ਇਹਨੂੰ ਲੈਣ ਆਇਆ। ਚਲੋ ਉਹਨੂੰ ਸਾਈਕਲ ਨੂੰ ਹੱਥ ਪਾ ਲਿਆ, ਉਹਦੇ ਜਿਹੜਾ ਉਹ ਰਿਕਸ਼ਾ ਹੁੰਦਾ ਆਪਣਾ ਛੋਟਾ, ਅਤੇ ਉਹਨੂੰ ਹੱਥ ਪਾ ਕੇ ਅਤੇ ਉਹ ਇੱਥੇ ਸਾਈਡ 'ਤੇ ਖੜਾ, ਉਹ ਕੇਰਾਂ ਨਿਕਲ ਗਿਆ ਇੱਥੋਂ। ਜਦੋਂ ਸੰਗਤ ਫਿਰ ਵਾਪਸ ਆਪਣੀ ਉੱਧਰੋਂ ਆਈ ਆ, ਫਿਰ ਉਹਨਾਂ ਨੂੰ ਦਵੱਲਿਆ, ਫਿਰ ਵਾਪਸ ਆਏ ਆ, ਇਸ ਤਰ੍ਹਾਂ ਅੱਗੇ ਪਿੱਛੇ ਹੁੰਦੇ ਰਹੇ ਜੀ, ਹੁੰਦੇ ਹੁੰਦੇ ਅਤੇ ਜਦੋਂ ਇੱਥੇ ਆ ਗਏ ਆ, ਅਤੇ ਇੱਥੇ ਮਤਲਬ ਡੀ ਐੱਸ ਪੀ ਨਾਲ ਕੌਲੇ ਨਾਲ ਖੜ ਗਿਆ ਜੀ ਆਪਣੇ, ਕੌਲੇ ਨਾਲ ਖੜ ਕੇ ਉਹਨੇ ਫਿਰ ਸਿੱਧੀਆਂ ਗੋਲੀਆਂ ਚਲਾਈਆਂ ਜੀ। ਸਿੱਧੀਆਂ ਗੋਲੀਆਂ ਚਲਾਉਣ ਦੇ ਨਾਲ ਆਪਣੇ ਦੋ ਸਿੰਘ ਸ਼ਹੀਦ ਹੋਏ ਆ, ਇਹ ਫੱਟੜ ਹੋਏ ਆ, ਹੋਰ ਵੀ ਬਹੁਤ ਜ਼ਿਆਦਾ ਫੱਟੜ ਹੋਏ ਆਪਣੇ, ਅਤੇ ਬਾਕੀ ਡਾਂਗਾਂ ਦੀਆਂ ਸੱਟਾਂ ਤਾਂ ਬਹੁਤ ਜ਼ਿਆਦਾ ਆਉਂਦੀਆਂ ਜੀ। ਬੇਇਨਸਾਫੀ ਦੇ ਇਸ ਹਨੇਰ ਵਿੱਚ ਜ਼ੁਲਮ ਦੇ ਸ਼ਿਕਾਰ ਲੋਕਾਂ ਨੂੰ ਇੱਕ ਚਾਨਣ ਦੀ ਆਸ ਬੱਝਦੀ ਨਜ਼ਰ ਆ ਰਹੀ ਹੈ। ਪੰਜਾਬ ਦੀਆਂ ਕੁਝ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਕੋਸ਼ਿਸ਼ ਕੀਤੀ ਹੈ ਇਸ ਜ਼ੁਲਮ ਦੀ ਦਾਸਤਾਨ ਨੂੰ ਦਸਤਾਵੇਜ਼ੀ ਤੌਰ 'ਤੇ ਸਾਂਭਣ ਦੀ। ਇਸ ਕੋਸ਼ਿਸ਼ ਦਾ ਨਾਮ ਹੈ ਜਸਟਿਸ ਮਾਰਕੰਡੇ ਕਾਰਜੂ ਕਮਿਸ਼ਨ। ਜਸਟਿਸ ਮਾਰਕੰਡੇ ਕਾਰਜੂ ਭਾਰਤ ਦੀ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਨੇ, ਤੇ ਜਿਨ੍ਹਾਂ ਬਾਰੇ ਪ੍ਰਚਲਿਤ ਹੈ ਕਿ ਭਾਰਤ ਦੀ ਨਿਆਂ ਪ੍ਰਣਾਲੀ ਵਿੱਚ ਉਹ ਅਜੇ ਵੀ ਸੱਚ ਨੂੰ ਖੁੱਲੀਆਂ ਅੱਖਾਂ ਨਾਲ ਤੱਕਣ ਦਾ ਜੇਰਾ ਰੱਖਦੇ ਨੇ। ਸਰਕਾਰ ਕਦੇ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਦੱਸਦੀ ਸੀ, ਤੇ ਕਦੇ ਰਾਜਨੀਤਿਕ ਫਾਇਦੇ ਲਈ ਰਚੀ ਗਈ ਸਾਜ਼ਿਸ਼ ਦੱਸਦੀ ਸੀ।
ਇਸ ਦੌਰਾਨ ਬਰਗਾੜੀ ਨਜ਼ਦੀਕ ਪਿੰਡ ਪੰਜ ਗਰਾਈਆਂ ਦੇ ਦੋ ਸਿੱਖ ਭਰਾਵਾਂ ਨੂੰ ਵੀ ਪੰਜਾਬ ਪੁਲਿਸ ਨੇ ਇਸ ਕੇਸ ਵਿੱਚ ਗ੍ਰਿਫਤਾਰ ਕਰ ਲਿਆ। ਪਰ ਜਦੋਂ ਪੰਜਾਬ ਪੁਲਿਸ ਦੇ ਝੂਠੇ ਦਾਅਵੇ ਜੱਗ ਜ਼ਾਹਰ ਹੋ ਗਏ ਤਾਂ ਅਖੀਰ ਸਰਕਾਰ ਨੂੰ ਇਹਨਾਂ ਦੋਵਾਂ ਭਰਾਵਾਂ ਨੂੰ ਛੱਡਣਾ ਪਿਆ। ਪੰਜਾਬ ਸਰਕਾਰ ਨੇ ਇਹਨਾਂ ਸਾਰੀਆਂ ਘਟਨਾਵਾਂ ਦੀ ਜਾਂਚ ਇੱਕ ਸਾਬਕਾ ਜੱਜ ਜੋਰਾ ਸਿੰਘ ਨੂੰ ਸੌਂਪ ਦਿੱਤੀ। ਪਰ 3 ਮਹੀਨਿਆਂ ਦੀ ਮਿਆਦ ਵਾਲੀ ਜੋਰਾ ਸਿੰਘ ਕਮਿਸ਼ਨ ਨੇ 3 ਮਹੀਨਿਆਂ ਵਿੱਚ ਜਾਂਚ ਵੀ ਸ਼ੁਰੂ ਨਹੀਂ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕੇਸ ਦੀ ਜਾਂਚ ਆਖਰਕਾਰ ਪੰਜਾਬ ਸਰਕਾਰ ਨੂੰ ਦਬਾਅ ਦੇ ਚੱਲਦਿਆਂ CBI ਨੂੰ ਦੇਣੀ ਪਈ। ਪਰ ਉਹ ਵੀ ਸੁਸਤ ਚਾਲ ਹੀ ਚੱਲਦੀ ਨਜ਼ਰ ਆ ਰਹੀ ਹੈ। ਹੁਣ ਜਸਟਿਸ ਮਾਰਕੰਡੇ ਕਾਰਜੂ ਦੀ ਅਗਵਾਈ ਵਾਲੇ ਕਮਿਸ਼ਨ ਤੋਂ ਪੀੜਤ ਲੋਕਾਂ ਨੂੰ ਕੁਝ ਆਸ ਬੱਝੀ ਹੈ ਕਿ ਇਹ ਸਾਡੇ ਨਾਲ ਵਾਪਰੇ ਜ਼ੁਲਮੀ ਵਰਤਾਰੇ ਨੂੰ ਸੱਚ ਰੂਪ ਵਿੱਚ ਦੁਨੀਆਂ ਅੱਗੇ ਰੱਖਣਗੇ। 31 ਜਨਵਰੀ ਵਾਲੇ ਦਿਨ ਬਹਿਬਲ ਕਲਾਂ ਘਟਨਾ ਨਾਲ ਸੰਬੰਧਿਤ 36 ਅਤੇ ਕੋਟਕਪੁਰਾ ਘਟਨਾ ਨਾਲ ਸੰਬੰਧਿਤ 5 ਵਿਅਕਤੀਆਂ ਨੇ ਆਪਣੇ ਬਿਆਨ ਜਸਟਿਸ ਕਾਰਜੂ ਕੋਲ ਦਰਜ ਕਰਵਾਏ। ਪੰਜਾਬ ਦੀਆਂ 3 ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਯਤਨਾਂ ਸਦਕਾ ਜਸਟਿਸ ਮਾਰਕੰਡੇ ਕਾਟਜੂ 30 ਜਨਵਰੀ ਨੂੰ ਬਹਿਬਲ ਕਲਾਂ ਪਿੰਡ ਵਿੱਚ ਪਹੁੰਚੇ। ਉਹਨਾਂ ਉਸ ਥਾਂ ਦਾ ਜਾਇਜ਼ਾ ਲਿਆ ਜਿੱਥੇ ਭਾਈ ਗੁਰਜੀਤ ਸਿੰਘ ਅਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਗੋਲੀਆਂ ਵੱਜੀਆਂ ਸਨ। 31 ਜਨਵਰੀ ਨੂੰ ਜਸਟਿਸ ਮਾਰਕੰਡੇ ਕਾਟਜੂ ਨੇ ਪੂਰਾ ਦਿਨ ਬਹਿਬਲ ਕਲਾਂ ਦੇ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀਕਾਂਡ ਦੇ ਚਸ਼ਮਦੀਦ ਗਵਾਹਾਂ ਦੇ ਬਿਆਨ ਸੁਣੇ ਅਤੇ ਉਹਨਾਂ ਨੂੰ ਸਵਾਲ ਕੀਤੇ। ਦਿਸ ਕਮਿਸ਼ਨ ਹੈਡਡ ਬਾਈ ਮੀ ਐਂਡ ਵਿਦ ਮਿਸਟਰ ਸ਼ਸ਼ੀਕਾਂਤ ਐਜ਼ ਅਸਿਸਟਿੰਗ ਮੀ ਵਾਸ ਫੋਰਮਡ ਟੂ ਇਨਵੈਸਟੀਗੇਟ ਇਨਟੂ ਦ ਇੰਸੀਡੈਂਟ ਵਿਚ ਹੈਪਨਡ ਔਨ 14th ਆਫ ਅਕਟੂਬਰ in Bebal Kala and also in the nearby I think that's Kotkapura sir, where it is alleged police atrocities took place. Of course the Punjab government has appointed another commission, Justice Zora commission. I don't want to comment upon that commission except to say that many people have told me that they do not have confidence in that commission. No, I don't want to go into the reasons why they do not have faith in that confidence, but the fact is that many people have said that to me, and many organizations approached me to set up a people's commission headed by me and assisted with Mr. Shashikant, the former DGP of Punjab Police. So we have come here to make a truthful, honest inquiry and investigation into what happened on 14th of October. Our inquiry will be totally unbiased. We are not connected with any political party. We are neither pro-government nor anti-government. And today also the superintendent of police was informed. But as yet no one has appeared. And I do not know whether they will cooperate with us. However, if they don't do that, we will proceed on our own. Several people have given their affidavits and there may also be some oral evidence. We will not accept anything blindly. Whatever I said on affidavit, we will apply our minds to it and consider whether it is credible. Similarly, whatever oral evidence comes before us, we will not accept it blindly. We will apply our minds and then come to a objective and fair conclusion. And then place it before the people of Punjab and the people of the country. Jaj sahab, nu dasso ki kuch hoya si. Tuhanu benti hoegi je tusi hindi ch dass sakde hege ho tan changa hoega, varna je punjabi ch hega assi jaj sahab nu assist karange. Ki vapareya si us din, ki ghatna hoyi si, tusi ide ch affidavit vi ditta hega, tusi ki kehna chahunde hege? Sir, main Hakim Singh Sikh hoon, putar Sajjad Ji Singh Sikh hoon, ਪਿੰਡ ਬਹਿਬਲ ਕਲਾਂ, ਤਹਿਸੀਲ ਜੈਤੋ, ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਜੀ। ਮੈਂ ਜੋ ਕੁਛ ਕਹੂੰਗਾ ਬਿਲਕੁਲ ਸੱਚ ਕਹੂੰਗਾ। ਮੈਂ
ਪਿੰਡ ਦੇ ਭਗਵੰਤ ਸੱਜਣਾ ਨਾਲ ਤੇਰਾਂ ਦਾ 2015 ਦੋ ਵਜੇ ਇੱਥੋਂ ਗੁਰਦੁਆਰਾ ਵੇਸਰ ਤੋਂ ਸੜਕ ਤੇ ਮੇਨ ਸੜਕ ਬਾਜਾ ਰੋਡ ਬਠਿੰਡਾ ਦੋ ਵਜੇ ਧਰਨੇ ਤੇ ਗਏ। ਧਰਨੇ ਤੋਂ ਜਾਣ ਉਪਰੰਤ ਅਸੀਂ ਪੂਰੀ ਰਾਤ ਧਰਨੇ ਤੇ ਰਹੇ ਜਿਹਦੇ ਵਿੱਚ ਮੈਂ ਮੌਜੂਦ ਸਾਂ। ਮੈਂ ਮਾਈਕ ਤੇ ਸਤਨਾਮ ਵਾਹਿਗੁਰੂ ਦਾ ਜਾਪ ਸੰਗਤ ਤੋਂ ਕਰਵਾਉਂਦਾ ਰਿਹਾ ਅਤੇ ਜਾਪ ਦੇ ਦੌਰਾਨ ਪੂਰੀ ਰਾਤ ਉੱਥੇ ਰਹੇ। ਸੁਬਹਾ 4:30 ਵਜੇ ਤੋਂ 5 ਵਜੇ ਦੇ ਦਰਮਿਆਨ ਕਾਫੀ ਪੁਲਿਸ ਗੱਡੀਆਂ ਰਹੀ ਆਈ। ਉਹਨਾਂ ਨੇ ਸਾਨੂੰ ਬਾਜਾਖਾਨਾ ਬਠਿੰਡਾ ਰੋਡ ਤੇ 4 ਸਵੇਰੇ ਘੇਰਾ ਪਾ ਲਿਆ। ਘੇਰਾ ਪਾਉਣ ਤੋਂ ਬਾਅਦ ਸਾਨੂੰ ਮੇਨ ਰੋਡ ਤੋਂ ਉਠਾ ਦਿੱਤਾ। ਯਕਦਮ ਅਸੀਂ ਪਿੰਡ ਬਹਿਬਲ ਕਲਾਂ ਦੀ ਲਿੰਕ ਰੋਡ ਤੇ ਬੈਠੇ ਤੇ ਉੱਥੋਂ ਸਾਨੂੰ ਉਹਨਾਂ ਨੇ ਕੋਈ ਵਾਰਨਿੰਗ ਨਹੀਂ ਦਿੱਤੀ ਤੇ ਅਸੀਂ ਸ਼ਾਂਤਮਈ ਸਤਨਾਮ ਵਾਹਿਗੁਰੂ ਦਾ ਜਾਪ ਸਪੀਕਰ ਰਾਹੀਂ ਕਰ ਰਹੇ ਸੀ, ਜਿਸ ਦੇ ਵਿੱਚ ਤਕਰੀਬਨ 5 ਵਜੇ ਦੌਰਾਨ ਸਾਡੇ 60-70 ਆਦਮੀ ਪੁਲਿਸ ਗੱਡੀਆਂ ਰਾਹੀਂ ਅਰੈਸਟ ਕਰਕੇ ਲੈ ਗਏ। ਸੁਬਹਾ 5 ਵਜੇ ਸੁਬਹਾ 60-70 ਵਿਅਕਤੀ ਜੋ ਗੱਡੀਆਂ ਰਾਹੀਂ ਕੈਦ ਕਰਕੇ ਲੈ ਗਏ। ਉਸ ਤੋਂ ਉਪਰੰਤ ਅਸੀਂ ਜਦੋਂ ਸ਼ਾਂਤਮਈ ਧਰਨਾ ਦੇ ਰਹੇ ਸੀ ਲਿੰਕ ਰੋਡ ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸੀ ਤਾਂ ਹੋਰ ਭਾਰੀ ਪੁਲਿਸ ਗੱਡੀਆਂ ਰਾਹੀਂ ਆ ਗਈ। ਉਹਨਾਂ ਨੇ ਆਉਣ ਸਾਰ ਸਾਨੂੰ ਕੁਛ ਨਹੀਂ ਕਿਹਾ। ਉੱਥੇ ਬੀਬੀਆਂ ਸੜਕ ਤੇ 15-20 ਬੈਠੀਆਂ ਸੀ, ਨਾਲ ਉਹਨਾਂ ਦੇ ਮਰਦ ਵੀ ਸੀ। ਅਸੀਂ ਤਾਂ ਇੱਕ ਸਾਈਡ ਤੇ ਬੈਠੇ ਸੀ। ਉਹਨਾਂ ਨੇ ਪੁਲਿਸ ਨੇ ਬੀਬੀਆਂ ਨੂੰ ਠੁੱਡੇ ਮਾਰੇ ਤੇ ਖੜੇ ਕਰ ਲਈਆਂ। ਖੜੀਆਂ ਕਰਨ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਵੀ ਗੱਡੀਆਂ 'ਚ ਬਿਠਾ ਲਿਆ ਤੇ ਅਰੈਸਟ ਕਰਕੇ ਲੈ ਗਏ। ਉਸ ਤੋਂ ਉਪਰੰਤ ਸਾਨੂੰ ਕੋਈ ਵਾਰਨਿੰਗ ਨਹੀਂ ਦਿੱਤੀ, ਕੋਈ ਕੁਛ ਨਹੀਂ ਕੀਤੇ। ਅਸੀਂ ਸ਼ਾਂਤਮਈ ਸਪੀਕਰ ਰਾਹੀਂ ਜੋ ਅਨਾਊਂਸਮੈਂਟ ਕਰ ਰਹੀ ਸਤਨਾਮ ਵਾਹਿਗੁਰੂ ਦਾ, ਉਹਨਾਂ ਨੇ ਸਾਡੀ ਇੱਕ ਵੀ ਨਹੀਂ ਸੁਣੀ ਤੇ ਇੱਕਦਮ DSP ਤੇ SSP ਮੋਗਾ ਆਏ, ਅਮਰਜੀਤ ਸਿੰਘ ਕਲਾਰ SHO ਬਾਜਾਖਾਨਾ ਆਏ। ਉਹਨਾਂ ਨੇ ਸਾਨੂੰ ਯਕਦਮ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ ਅਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਸਾਨੂੰ ਕੁਛ ਨਹੀਂ ਕਿਹਾ ਜੀ ਉਹਨਾਂ ਨੇ। ਬਿਲਕੁਲ ਅਸੀਂ ਲਿੰਕ ਰੋਡ ਤੇ ਬੈਠੇ ਸੀ ਜਦੋਂ ਦੁਬਾਰੇ ਭਾਰੀ ਫੋਰਸ ਆਈ ਆ ਗੱਡੀਆਂ ਰਾਹੀਂ। ਕੋਈ ਉੱਥੋਂ ਘੱਟੋ ਘੱਟ ਵੀ 700-800 ਪੁਲਿਸ ਮੁਲਾਜ਼ਮ ਆਏ, ਉਹਨਾਂ ਕੋਲ ਲਾਠੀਆਂ ਹਥਿਆਰ ਸੀ। ਉਹਨਾਂ ਨੇ ਯਕਦਮ ਸਾਨੂੰ ਲਾਠੀ ਚਲਾਉਣਾ ਅਤੇ ਗੋਲੀ ਚਲਾਉਣਾ ਸ਼ੁਰੂ ਕਰ ਦਿੱਤਾ। ਸਾਨੂੰ ਬਿਲਕੁਲ ਕੋਈ ਅਨਾਊਂਸਮੈਂਟ ਨਹੀਂ ਕੀਤਾ। ਕਿਸੇ ਅਫਸਰ ਨੇ ਇਹ ਨਹੀਂ ਕਿਹਾ ਕਿ ਤੁਸੀਂ ਇੱਥੋਂ ਚਲੇ ਜਾਓ। ਸਾਨੂੰ ਸਿਰਫ ਲਾਠੀ ਚਲਾਇਆ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਤੋਂ ਉਪਰੰਤ ਸਾਡੇ ਜਿਹੜੇ ਪੂਰੇ ਧਰਨਾਕਾਰੀ ਸੀ ਉਹ ਇੱਕਦਮ ਪਿੱਛੇ ਨੂੰ ਹਟੇ ਅਤੇ ਉਹਨਾਂ ਨੇ ਬੱਸ ਸਟੈਂਡ ਦੀ ਆੜ ਲੈ ਕੇ ਗੋਲੀਆਂ ਚਲਾਈਆਂ। ਸਾਡੇ ਗੋਲੀਆਂ 2 ਸ਼ਹੀਦ ਸਿੰਘ ਹੋਏ, ਗੁਰਜੀਤ ਸਿੰਘ ਸਰਾਵਾਂ, ਕ੍ਰਿਸ਼ਨ ਭਗਵਾਨ ਸਿੰਘ ਸਰਾਵਾਂ। ਅਸੀਂ ਉਸ ਤੋਂ ਉਪਰੰਤ ਉਹਨਾਂ ਨੂੰ ਚੁੱਕਣ 'ਚ ਚੁੱਕ ਕੇ ਅਸੀਂ ਟਰਾਲੀਆਂ ਵਿੱਚ ਪਾ ਕੇ ਲੈ ਆਏ। ਕੁਛ ਜਵਾਨ ਸਾਡੇ ਫੱਟਰ ਵੀ ਹੋਏ, ਅਸੀਂ ਫੱਟਰ ਨਾਲ ਉਹਨਾਂ ਦੇ ਸਾਰੇ ਵਾਪਸ ਆਏ। ਜਦੋਂ ਅਸੀਂ ਮੇਰੇ ਘਰ ਦੇ ਸਾਹਮਣੇ ਮਲਕੀਤ ਸਿੰਘ ਦਾ ਘਰ ਆ, ਉੱਥੋਂ ਅਸੀਂ ਗੁਰਜੀਤ ਸਿੰਘ ਨੂੰ ਟਰਾਲੀ 'ਚੋਂ ਲਾ ਕੇ ਕਾਰ 'ਚ ਪਾਇਆ। ਕਾਰ 'ਚ ਪਾਉਣ ਤੋਂ ਉਪਰੰਤ ਉਹ ਮੇਰੇ ਨਾਲ ਵਰਮਾ ਸਿੰਘ, ਮਲਕੀਤ ਸਿੰਘ ਦਾ ਸਪੁੱਤਰ ਪੂਰਨ ਸਿੰਘ ਸੀ। ਅਸੀਂ ਸਲਾਮੀ ਉਹਨਾਂ ਨੂੰ ਵਾਰਸਾਂ ਦੇ ਹਵਾਲੇ ਕੀਤਾ ਅਤੇ ਉਸ ਤੋਂ ਉਪਰੰਤ ਭਾਰੀ ਫੋਰਸ ਜੋ ਸੀ ਉੱਥੇ ਤੈਨਾਤ, ਸਾਡੇ ਸਾਰੇ ਆਦਮੀ ਵਾਪਸ ਆ ਗਏ, ਪਿੰਡ ਵਿੱਚ ਆ ਗਏ ਅਤੇ ਉਹਨਾਂ ਨੇ ਸਾਡਾ ਜੋ ਨਿੱਜੀ ਸਮਾਨ ਸੀ ਗੁਰਦੁਆਰਾ ਟਿੱਬੀ ਸਾਹਿਬ, ਗੁਰਦੁਆਰਾ ਬੁਏਸਰ ਦਾ, ਹੋਰ ਜੋ ਸਾਡੇ ਵਹੀਕਲ ਸੀ ਉਹ ਵੀ ਸਾੜ ਦਿੱਤੇ। ਪੂਰਾ ਸਾਡਾ ਜੋ ਸਮਾਨ ਮਲਬਾ ਸਾੜਿਆ ਉਹ ਪੁਲਿਸ ਨੇ ਸਾੜਿਆ। 2 ਟਰਾਲੀਆਂ ਸਾੜੀਆਂ ਸਾਡੀਆਂ, 4 ਮੋਟਰਸਾਈਕਲ, ਹੋਰ ਗੁਰਦੁਆਰਾ ਸਾਹਿਬ ਦਾ ਜੋ ਟੈਂਟ ਜਾਂ ਚਾਨਣੀਆਂ ਸੀ, ਉਸ ਟੈਂਟ ਦਾ ਸਮਾਨ ਸੀ ਸਾਡਾ, ਉਹ ਸਾਰਾ ਉਹਨਾਂ ਨੇ ਨਸ਼ਟ ਕਰ ਦਿੱਤਾ। 2 ਟਰਾਲੀਆਂ ਬੁਰੀ ਤਰ੍ਹਾਂ ਨਸ਼ਟ ਕਰਤੀਆਂ, ਸਾਰੀਆਂ ਸਾੜਤੀਆਂ। 4 ਮੋਟਰਸਾਈਕਲ ਦੂਜੇ ਸਾਡੇ ਵਹੀਕਲ, ਕਮ ਸੇ ਕਮ ਵੀ 60-70 ਜੋ ਵਿਅਕਤੀ ਧਰਨਾਕਾਰੀ ਧਰਨੇ ਵਾਸਤੇ ਆਪਦੇ ਘਰਾਂ ਤੋਂ ਲੈ ਕੇ ਗਏ ਸੀ ਉਹ ਵੀ ਬੁਰੀ ਤਰ੍ਹਾਂ ਉਹਨਾਂ ਨੇ ਡਾਂਗਾਂ ਨਾਲ ਭੰਨ ਦਿੱਤੇ।
समान बिलकुल नहीं साड़ सकते। मैं अपना घर का एक कपड़ा भी नहीं साड़ सकता, तो यह गुरुद्वारा साहब का समान अटैक किया। ट्रक मोटर कार गड्डिया पांच छे सी सिविल पुलिस दी गड्डिया सिविल पुलिस दी गड्डिया सी जो मोटरसाइकिल खड़े सी धरने दे विच गड्डिया समान दे नाल सी ओह व्हीकल कई साडे इधर उन्हां दी पुलिस मुलाजमां दी गड्डिया दे कोल वी उत्थे पहला आके खड़े किते सी उन्हां ने ओह साडे चार मोटरसाइकिल वी नष्ट कर दिते। मोटरसाइकिल दो ट्रालिया के टायर उन्होंने अग लगा जो अभी राशन लेके गए थे उन्होंने ट्रालिया। आपने बताया कि पुलिस ने वहां पे फायरिंग की थी। हाँ जी। और आपने बताया जो बस अड्डा वहां पे बना हुआ है, हाँ जी, उसके पीछे से फायरिंग करी थी। वो सामने आके फायरिंग की थी या छुप के फायरिंग? आड़ उस पास गए भाजी दरवाजा बनिया हुआ वो दरवाजे तो साइड ते लाई है एक ट्राली साड़ी सड़क दे विच उन्होंने मुद्दी मारी थी अपनी सेफ ले जो लंगर लेके गई सी ट्राली वो मुद्दी मारी थी ओदी सेफ लेके भी गोलियां चलाईया एक इधर बठिंडा साइड तो चलाईया गोलियां एक वो जो बस स्टैंड है ओदी आड़ चो कोटपुरा साइड तो गोलियां चलाईया। किन्नियां क गोलियां चला दित्तियां? गोले असि अंदाजे ना कह सकते भी 250 गोली चली है। दो बार गोलियां चली गोली जी वो लगातार चलाते रहे 200 200 मथे च लगिया या मोढे च लगिया पांच सात बंदे दा साडे फटर होए आ दो शहीद होए आ। और इन पे क्यों ये क्योंकि ये लड़के जो मारे गए ये तो रास्ता रोके नहीं थे जो सड़क के बाहर थे तो इन पे क्यों गोलियां चलाई जब ये देखो ज्यादा रास्ता रोक रहा है हम समझ हालांकि वो भी गलत है मगर ये तो रास्ता भी नहीं रोके थे। हाँ बिल्कुल नहीं तो मेन रोड क्लियर था। देखो जी ये बहुत ही अनर्थ होया एडा मैं नहीं वेख्या अज तक मेरी भी 78 साल की उम्र होगी मिलिट्री पुलिस चो रिटायर हाँ मैं पर मैं यह जहा कदे हादसा नहीं वेख्या 62-65 की लड़ाई च भी मैं रहा। ਅਸੀਂ ਉੱਥੇ ਸ਼ਾਂਤਮਈ ਤਰੀਕੇ ਨਾਲ ਗੁਰੂ ਦਾ ਨਾਮ ਜਪ ਰਹੇ ਸੀ। ਵਕਤ ਕਰੀਬ 8 ਵਜੇ ਦਾ ਹੋਵੇਗਾ ਕਿ ਅਸੀਂ ਸੰਗਤਾਂ ਨੂੰ ਲੰਗਰ ਛਕਾ ਰਹੇ ਸੀ। ਉੱਥੇ ਮੌਜੂਦ ਹਰ ਪੁਲਿਸ ਕਰਮਚਾਰੀ ਨੂੰ ਅਸੀਂ ਲੰਗਰ ਛਕਾਇਆ ਅਤੇ ਹੋਕਾ ਵੀ ਦਵਾਇਆ ਕਿ ਭਾਈ ਕੋਈ ਚਾਹ ਜਾਂ ਲੰਗਰ ਦਾ ਗੱਫਾ ਲੈਣੋਂ ਨਾ ਰਹਿ ਗਿਆ ਹੋਵੇ। ਸਭ ਕੁਝ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਸੀ। ਅਚਾਨਕ 9 ਵਜੇ ਪੁਲਿਸ ਕਰਮਚਾਰੀਆਂ ਨੇ ਸੰਗਤ 'ਤੇ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ। ਜਿਉਂ ਹੀ ਹਫੜਾ ਦਫੜੀ ਮੱਚੀ ਪੁਲਿਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੈਂ 50 ਕਰੋਂ ਪਿੱਛੇ ਹੋਵਾਂਗਾ। ਲਾਠੀਚਾਰਜ ਅਤੇ ਗੋਲੀਬਾਰੀ ਵਿੱਚ ਬਹੁਤ ਸੰਗਤਾਂ ਜ਼ਖਮੀ ਹੋਈਆਂ ਅਤੇ 2 ਸਿੰਘ ਸ਼ਹੀਦ ਵੀ ਹੋ ਗਏ। ਮੈਂ ਪਿੰਡ ਵਿੱਚੋਂ ਭੱਜ ਕੇ ਆਪਣੀ ਜਾਨ ਬਚਾਈ। ਕਰਮਚਾਰੀਆਂ ਨੂੰ ਕੋਈ ਗੁਰੂ ਦਾ ਲੰਗਰ ਹੈ ਕੋਈ ਰਹਿ ਨਾ ਜਾਵੇ। ਰਾਤ ਨੂੰ ਹਾਂਜੀ ਰਾਤ ਨੂੰ ਵੀ ਵਾਜਾ ਦਵਾ ਕੇ ਅਸੀਂ ਚਾਹ ਸਾਰੀ ਰਾਤ ਛਕਾਈ ਗਏ ਚਾਹ ਚਲਦੇ ਜਾ ਰਿਹਾ ਲੰਗਰ ਦਾ ਤੇ ਉਹਨਾਂ ਨੇ ਜਮਾਂ ਸਾਡਾ ਤਰਸ ਨਹੀਂ ਮੰਨਿਆ ਵੀ ਜਦੋਂ ਡਾਂਗਾ ਉਹਨਾਂ ਨੇ ਐ ਵਰਾਈਆਂ ਫਿਰ ਗੋਲੀਆਂ ਵੀ ਨਾਲ ਦੀ ਨਾਲ ਵੜੇ। ਜਦੋਂ ਗੋਲੀ ਚਲੀ ਤੁਸੀਂ ਉਸ ਵੇਲੇ ਉੱਥੇ ਹੀ ਸੀ? 50 ਸੀ ਜੀ 50 ਪਰ ਤੁਹਾਡੀ ਮੌਜੂਦਗੀ ਦੇ ਵਿੱਚ ਗੋਲੀਆਂ ਚੱਲੀਆਂ ਹੈਗੀਆਂ? ਹਾਂਜੀ ਅਸੀਂ ਉੱਥੇ ਹੀ ਖੜੇ ਸੀ ਪਹਿਲਾਂ ਤਾਂ ਉਹ ਧੂੰਏ ਵਾਲੇ ਬੰਬ ਉਹਨਾਂ ਨੇ ਭਾਰੇ ਛਿੱਟੇ ਗੋਲੇ ਜੇ ਜੀ ਉਹ ਅਸੀਂ ਬੁਝਾਉਂਦੇ ਰਹੇ ਫਿਰ ਗੋਲੀ ਸ਼ੁਰੂ ਕਰਤੀ। ਤੇ ਪਹਿਲੇ ਗੋਲੀ ਚੱਲੀ ਹੈਗੀ ਹੈ ਕਿ ਪਹਿਲੇ ਗੈਸ ਹੋਈ ਹੈਗੀ ਹੈ ਜਾਂ ਫਿਰ ਪਹਿਲਾਂ ਗੈਸ ਚਲਾਈ ਹੈ ਉਸ ਤੋਂ ਬਾਅਦ ਗੋਲੀ ਚੱਲੀ ਹੈ? ਕਿੰਨਾ ਚਿਰ ਬਾਅਦ? ਪਰ ਨਾਲ ਦੀ ਨਾਲ ਹੀ ਗੋਲੀ ਚਲਾ ਦਿੱਤੀ ਕਰੀ ਕੋਈ ਨਾਲ ਨਾਲ ਹੀ ਸਾਰਾ ਕੁਝ ਹੋਇਆ ਹੈਗਾ। ਉਹ ਕੋਈ ਅਨਾਉਂਸਮੈਂਟ ਹੋਇਆ ਸੀ ਕਿ ਹੁਣ ਤੁਸੀਂ ਜਿਹੜੇ ਹੈਗੇ ਇਥੋਂ ਚਲੇ ਜਾਓ ਫਾਇਰਿੰਗ ਹੋਏਗੀ ਜਾਂ ਗੈਸ ਚਲੇਗੀ? ਖਬਰਾਂ ਦਬੜੀ ਪੈ ਗਈ ਉਹ ਦੂਜੇ ਤੋਂ ਦੂਜੇ ਮੂਹਰੇ ਭੱਜੇ ਵੀ ਜਾਨ ਬਚਾਉਣ ਦੇ ਖਾਤੇ ਜਿਹੜੇ ਬੈਲਟ ਸੀ ਮੇਰੇ ਅਰਗੇ ਉਹ ਵਿੱਚ ਡਿੱਗ ਵੀ ਪਏ ਸੀ।
ਸਾਡੇ ਪਿੰਡੋਂ ਇੱਕ ਪਰਵੇਲਾ ਸਿੰਘ ਆ ਉਹ ਨਾਲ ਹੀ ਵੀ ਤਾਰ ਹੁਣ ਭੱਜਿਆ ਦਾ ਜਾ ਲੈਣੀ ਤਾਰ ਤੇ ਉਹਦੇ ਤਾਰ ਟੱਪ ਕੇ ਵੀ ਮਾਰਨੇ। ਸੜਕ ਤੇ ਅਸੀਂ ਮੇਨ ਸੜਕ ਤੋਂ ਅਸੀਂ ਬੰਦੇ ਇਧਰਲੇ ਪਾਸੇ ਆਪਣੇ ਕੋਟ ਕਪੂਰੇ ਵਾਲੇ ਪਾਸੇ ਨੂੰ ਵੀ ਬਹੁਤ ਸੀਗੇ ਪੁਲਿਸ ਵਾਲੇ ਬੰਦੇ ਤੇ ਫਿਰ ਇਧਰ ਬਗਰਾੜੀ ਵਾਲੇ ਪਾਸੇ। ਅੰਦਾਜ਼ਨ ਕਿੰਨੇ ਹੋਣਗੇ? ਅੰਦਾਜ਼ੇ ਜੀ ਕਿਹੜੇ ਅਸੀਂ ਗਿਣਤੀ ਕਰਦੇ ਮੋਟੇ ਤੌਰ ਤੇ ਬੰਦੇ ਦਾ ਜੀ ਹੋਣਗੇ 200-300 ਤੋਂ ਬੰਦੇ ਦੇ ਕਰੀਬ ਵੱਧ ਹੋਣ। Just one thing has been introduced that we were announcing to the police that you take the tea and even meals. They were offering the police to come and take the meals. ਲੰਗਰ ਸਾਰੇ ਨੇ ਛੱਡਿਆ ਪੁਲਿਸ ਵਾਲੇ ਵਾਜਾ ਵੀ ਦਵਾ ਦੇ ਰਹੇ ਹੈ ਹਾਂਜੀ ਪਰ ਉਹਨਾਂ ਨੇ ਤਰਸ ਨਹੀਂ ਮੰਨਿਆ। ਦਿਖਾਓ ਤੁਸੀਂ ਕੱਲ ਆਪਣੇ ਦਿਖਾਇਆ ਸ਼ਰਾ ਲਗਾ ਇਹ ਜਿਹੜਾ ਤੁਹਾਨੂੰ ਖੜਿਆ ਸੀ ਚੋਰ ਤੋਂ ਬਾਅਦ ਕਿਨ ਹਸਪਤਾਲ ਖੜਿਆ ਸੀ? ਪੁਲਿਸ ਵਾਲੇ ਨੇ ਮਦਦ ਕੀਤੀ ਕੋਈ? ਨਾ ਜੀ ਆਪੇ ਗਏ ਜਾਂ ਆਪੇ ਗਏ ਜਾਂ ਆਪਦੀ ਗੱਡੀ ਤੇ ਗਏ? ਆਪਣੇ ਚਰਨਜੀਤ ਸ਼ਰਮਾ ਕੋ ਪਹਿਚਾਨਤੇ ਹੈ? ਹਾਂ ਜੀ ਕੈਸੇ ਪਹਿਚਾਨਤੇ ਪਹਿਲੇ ਸੇ ਆਪ? ਪਹਿਲਾਂ ਹੀ ਜਾਣਤੇ ਜੀ। ਮੈਂਬਰ ਸੀਗੇ ਪਹਿਲਾਂ ਸਾਬਕਾ ਮੈਂਬਰ ਹੈ ਜੀ। ਔਰ ਹਰਜੀਤ ਸਿੰਘ ਪੰਨੂ ਐਸ ਪੀ ਹਾਂ ਜੀ ਹਾਂ ਪਛਾਣਦੇ। ਹਰਜਿੰਦਰ ਸਿੰਘ ਕਿੱਥੇ ਕਿੱਥੇ ਗੋਲੀ ਲੱਗੀ ਜਦ ਤੁਹਾਨੂੰ ਦਿਖਾਓ ਕਿੱਥੇ? ਇਹ ਹੋਰ ਵੀ ਚੋਟ ਇਸ ਤੋਂ ਸਾਏ ਗੁਲਸ਼ਨਾਲ ਦੀ ਮੂਹਰੇ ਸੀਗੇ ਜੀ। ਮੈਂ ਉਹ ਗੁਰਜੀਤ ਸਿੰਘ ਨੂੰ ਜਗਦਾ ਸੀਗਾ ਜੀ, ਗੁਰਜੀਤ ਸਿੰਘ ਨੂੰ ਸਰਾਵਾਲੇ ਸ਼ਹੀਦ ਤੇ ਹਰਕ੍ਰਿਸ਼ਨ ਸਿੰਘ ਨਿਆਮੀ ਵਾਲੀ ਉਹਨਾਂ ਨੂੰ ਚੱਕ ਰਹੇ ਸੀ। ਕੀ ਨਾਮ ਹੈ ਜੀ? ਸਰਬਣ ਸਿੰਘ ਮੇਰਾ ਨਾਮ। ਸਰਬਣ ਸਿੰਘ ਪਾਲ ਸਿੰਘ ਪਾਲ ਸਿੰਘ ਜੀ। ਉਮਰ ਜੀ? ਉਮਰ ਮੇਰੀ ਹੈ ਜੀ ਤਕਰੀਬਨ 70-80 ਸਾਲ। 70 ਸਾਲ ਜੀ। ਪਿੰਡ ਜੀ? ਪਿੰਡ ਦਲ ਸਿੰਘ ਵਾਲਾ ਮੇਰਾ। ਦਲ ਸਿੰਘ ਵਾਲਾ? ਦਲ ਸਿੰਘ ਵਾਲਾ। ਦਲ ਸਿੰਘ ਵਾਲਾ। ਅੱਛਾ ਜੀ। ਡਿਸਟ੍ਰਿਕਟ ਕਿਹੜੀ ਪੈਂਦੀ ਜੀ? ਆਪਣੇ ਫਰੀਦਕੋਟ ਜੀ। ਠੀਕ ਹੈ ਜੀ। ਬਾਬਾ ਜੀ ਇਸ ਹਾਦਸੇ ਵਿੱਚ ਕਿਹਦੀ ਮੌਤ ਹੋਈ ਹੈ? ਮੇਰਾ ਬ੍ਰਦਰ ਜੀ ਗੁਰਜੀਤ ਸਿੰਘ। ਅੱਛਾ ਜੀ, ਤੁਸੀਂ ਉਹਦਾ ਇਨਸਾਫ ਲੈਣ ਦੇ ਲਈ ਕਿਤੇ ਕਿੱਥੇ ਕਿੱਥੇ ਚਿੱਠੀਆਂ ਪਾਈਆਂ? ਮੈਂ ਐਸਪੀ ਦੇ ਭਾਈ ਜੀ ਪਹਿਲਾਂ ਆਈ ਫਰੀਦਕੋਟ। ਡਾਈਡ ਔਨ ਅਕਾਊਂਟ ਆਫ ਪੁਲਿਸ ਫਾਇਰਿੰਗ ਇਨ ਵਿਲੇਜ ਬੈਬਲ ਕਲਾਂ ਚ ਮੌਤ ਹੋਈ? ਹਾਂਜੀ ਹਾਂਜੀ ਇਨ ਵਿਲੇਜ ਬੈਬਲ ਕਲਾਂ ਫੁੱਲ ਸਟਾਪ। ਆਈ ਅਪਰੋਚਡ ਵੇਰੀਅਸ ਪੁਲਿਸ ਅਥਾਰਟੀਜ਼ ਲਾਈਕ ਐਸ ਐਸ ਪੀ ਕਿਹੜੇ ਐਸ ਐਸ ਪੀ ਨੂੰ? ਫਰੀਦਕੋਟ ਜੀ। ਐਸ ਐਸ ਪੀ ਫਰੀਦਕੋਟ। ਹੋਰ ਕਿਹਨੂੰ ਜੀ? ਡੀਆਈਜੀ ਆਪਣਾ ਫਿਰੋਜ਼ਪੁਰ। ਕੌਮਾ ਡੀਆਈਜੀ ਫਿਰੋਜ਼ਪੁਰ। ਹੋਰ ਜੀ? ਹੁਣ ਚੰਡੀਗੜ੍ਹ ਪਾਈ ਵੀ ਬੁਲੇਟ ਪਾਸ ਜਸਟਰ ਟਾਂਕੇ ਲੱਗੇ ਨੇ ਜੀ? ਹਾਂ ਟਾਂਕੇ ਲੱਗੇ ਚਾਰ। ਬੇਟਾ ਨੰਬਰ ਲਿਖ ਲੋ। ਨਾਮ ਜੀ ਪਰਸਿੰਦਰ ਸਿੰਘ। ਫਾਦਰ ਸਾਹਿਬ? ਲਖਵਿੰਦਰ ਸਿੰਘ। ਉਮਰ? 13 ਸਾਲ ਦੀ। ਮੂਹਰੇ ਸੀਗੇ ਜੀ ਉਹ ਸਾਡੇ ਡਲੇ ਚਲਾਉਂਦੇ ਸੀਗੇ ਜੀ ਪੁਲਿਸ ਵਾਲੇ ਜੀ। ਆਹ ਪਿੰਜਣੀ ਤੇ ਸੱਟ ਵੱਜੀ ਸੀ, ਡੰਡਾ ਵੱਜਿਆ ਸੀਗਾ। ਹਾਂਜੀ। ਤੂੰ ਤਾਂ ਨੀ ਪੁਲਿਸ ਦੇ ਉੱਤੇ ਕੋਈ ਹਮਲਾ ਕੀਤਾ? ਨਹੀਂ। ਠੀਕ ਹੈ। ਜਸਟਿਸ ਮਾਰਕੰਡੇ ਕਾਰਜੂ ਨੇ ਗਵਾਹਾਂ ਦੇ ਬਿਆਨ ਸੁਣਨ ਤੋਂ ਬਾਅਦ ਕੋਟਕਪੁਰਾ ਚੌਂਕ ਦਾ ਵੀ ਮੁਆਇਨਾ ਕੀਤਾ, ਜਿੱਥੇ ਸਿੱਖ ਸੰਗਤ ਉੱਤੇ ਪੁਲਿਸ ਵੱਲੋਂ ਗੋਲੀ ਚਲਾਈ ਗਈ ਸੀ ਤੇ ਲਾਠੀ ਚਾਰਜ ਕੀਤਾ ਗਿਆ ਸੀ। ਜਸਟਿਸ ਕਾਰਜੂ ਨੇ ਕਿਹਾ ਕਿ ਉਹ ਸਹੀ ਤੱਥਾਂ ਦੇ ਆਧਾਰ ਤੇ ਇੱਕ ਸੱਚੀ ਰਿਪੋਰਟ
ਆਉਣ ਵਾਲੇ ਕੁਝ ਦਿਨਾਂ ਵਿੱਚ ਲੋਕਾਂ ਅੱਗੇ ਰੱਖਣਗੇ। ਦੇਖਿਏ, ਇਹ ਡਿਪੈਂਡ ਕਰਤਾ ਹੈ ਕ੍ਰੈਡੀਬਿਲਿਟੀ ਆਫ ਦਾ ਕਮਿਸ਼ਨ। ਕਮਿਸ਼ਨ ਤੋਂ ਬਹੁਤ ਸਾਰੀ ਬਣ ਸਕਤੀ ਹੈ, ਗਵਰਨਮੈਂਟ ਬਣਾਤੀ ਹੈ ਕਮਿਸ਼ਨ। ਸਵਾਲ ਹੈ ਜਨਤਾ ਕੋ ਕਮਿਸ਼ਨ ਮੇਂ ਕਾਨਫੀਡੈਂਸ ਹੈ ਕਿ ਨਹੀਂ, ਦਿਸ ਇਜ਼ ਮੋਸਟ ਇੰਪੋਰਟੈਂਟ। ਅਬ ਇਸ ਇੰਸੀਡੈਂਟ ਕੇ ਬਾਰੇ ਮੇਂ ਵੀ ਮੈਨੇ ਸੁਣਾ ਹੈ ਗਵਰਨਮੈਂਟ ਨੇ ਕੋਈ ਕਮਿਸ਼ਨ ਬਣਾਈ ਹੈ, ਮਗਰ ਜੋ ਲੋਗੋਂ ਨੇ ਮੁਝੇ ਬਤਾਇਆ ਕਿ ਪਬਲਿਕ ਕੋ ਕਾਨਫੀਡੈਂਸ ਨਹੀਂ ਉਸ ਕਮਿਸ਼ਨ ਮੇਂ, ਤੋ ਮੁਝੇ ਕਈ ਆਰਗੇਨਾਈਜੇਸ਼ਨ ਨੇ ਅਪਰੋਚ ਕੀਆ ਕਿ ਆਪ ਇਸ ਪੇ ਇਨਕੁਆਇਰੀ ਕਰਕੇ ਆਪਣੀ ਰਿਪੋਰਟ ਦੀਜੀਏ, ਤੋ ਮੈਂ ਇਸ ਪੇ ਇਨਵੈਸਟੀਗੇਟ ਕਰ ਰਹਾ ਹੂੰ, ਔਰ ਬਿਲਕੁਲ ਜੋ ਓਨੈਸਟ ਟਰੂਥਫੁਲ ਫੈਕਟਸ ਮਿਲੇਂਗੇ ਵੋ ਇੱਕ ਰਿਪੋਰਟ ਮੇਂ ਲਿਖੀ ਜਾਏਗੀ ਜੋ ਪਬਲਿਕ ਡੋਮੇਨ ਮੇਂ ਡਾਲ ਦੀ ਜਾਏਗੀ। ਉਸਕੇ ਬਾਅਦ ਫਰਦਰ ਜਨਤਾ ਕੇ ਉਪਰ ਹੈ, ਵੋ ਰਿਪੋਰਟ ਕੋ ਐਨੈਕਸਰ ਬਣਾ ਕੇ PIL ਹਾਈਕੋਰਟ ਮੇਂ ਕਰ ਦੇ ਯਾ ਪਟੀਸ਼ਨ ਅੰਡਰ ਸੈਕਸ਼ਨ 156 ਕਲੋਜ 3 CRPC ਕਰ ਦੇ ਜੁਡੀਸ਼ਲ ਮੈਜਿਸਟ੍ਰੇਟ ਕੇ ਸਾਹਮਣੇ, ਜੋ ਜੈਸਾ ਠੀਕ ਸਮਝੇ। ਹਮਾਰਾ ਕਾਮ ਹੈ ਸੱਚੇ ਫੈਕਟਸ ਮਾਲੂਮ ਕਰਕੇ ਔਰ ਪਬਲਿਕ ਡੋਮੇਨ ਮੇਂ ਡਾਲ ਦੇਣਾ। ਆਜ ਆਪਨੇ ਕਾਫੀ ਸਫਾਈਆਂ ਹੋ ਗਈਆਂ ਯਹਾਂ ਪਰ, ਕਈ ਚੀਜ਼ੇ ਕਹੀਂ ਬਤਾਈ ਗਈ ਹੈ। ਦੇਖੀਏ, ਹਮ ਬਲਾਈਂਡਲੀ ਕੋਈ ਐਵੀਡੈਂਸ ਕੋ ਐਕਸੈਪਟ ਨਹੀਂ ਕਰੇਂਗੇ। ਯੇ ਨਹੀਂ ਕਿ ਜੋ ਕਹਾ ਗਿਆ ਐਫੀਡੇਵਿਟ ਮੇਂ ਯਾ ਜੋ ਜ਼ਬਾਨੀ ਕਹਾ ਗਿਆ ਹਮ ਬਿਲਕੁਲ ਆਂਖ ਬੰਦ ਕਰਕੇ ਉਸਕੋ ਮਾਨ ਲੇਂਗੇ। ਹਮ ਉਸਕੋ ਉਸ ਪੇ ਸੋਚੇਂਗੇ, ਵਿਚਾਰ ਕਰੇਂਗੇ ਕਿ ਕ੍ਰੈਡੀਬਲ ਹੈ ਕਿ ਨਹੀਂ, ਬਿਲੀਵੇਬਲ ਹੈ ਕਿ ਨਹੀਂ, ਤਬ ਜਾ ਕੇ ਆਪਣੇ ਨਿਸ਼ਕਰਸ਼ ਪੇ ਪਹੁੰਚੇਂਗੇ। ਹਮ ਲੋਗੋਂ ਨੇ ਗਵਰਨਮੈਂਟ ਅਥਾਰਟੀਜ਼ ਕੋ ਇਨਫਾਰਮ ਕਰ ਦਿਆ ਥਾ ਕਿ ਰਿਕੁਐਸਟ ਕੀਆ ਥਾ ਕਿ ਵੋ ਲੋਗ ਵੀ ਆਪਣੇ ਰਿਪ੍ਰੈਜੈਂਟੇਟਿਵ ਕੋ ਭੇਜੇ ਤਾਂ ਕਿ ਉਨਕਾ ਵੀ ਪੁਆਇੰਟ ਆਫ ਵਿਊ ਆਏ ਹਮਾਰੇ ਸਾਹਮਣੇ। ਹਮ ਨਹੀਂ ਚਾਹਤੇ ਕਿ ਉਨਕਾ ਵਰਜ਼ਨ ਨਾ ਸੁਣਾ ਜਾਏ, ਮਗਰ ਉਨ੍ਹੋਂਨੇ ਕਿਸੀ ਕੋ ਭੇਜਾ ਨਹੀਂ। ਤੋ ਠੀਕ ਹੈ, ਜੋ ਵੀ ਫੈਕਟਸ ਆਏਗੇ ਉਸ ਪੇ ਹਮ ਆਪਣਾ ਆਪਣੀ ਫਾਈਂਡਿੰਗਸ ਦੇਂਗੇ। ਉਨਕੋ ਪੂਰਾ ਮੌਕਾ ਦਿਆ ਕਿ ਵੋ ਭੇਜੇ ਆਪਣੇ ਆਫੀਸ਼ਲ ਕੋ, ਹੋਮ ਸੈਕਟਰੀ, ਚੀਫ ਸੈਕਟਰੀ, ਡਾਇਰੈਕਟਰ ਜਨਰਲ ਪੁਲਿਸ, ਸਭ ਕੋ ਨੋਟਿਸ ਕਾਫੀ ਦਿਨ ਪਹਿਲੇ ਦੇ ਦਿਆ ਗਿਆ ਥਾ ਕਿ ਆਜ ਇਹ ਇਨਕੁਆਇਰੀ ਹੋਏਗੀ ਕਮਿਸ਼ਨ ਕੀ, ਆਪ ਆਪਣੇ ਰਿਪ੍ਰੈਜੈਂਟੇਟਿਵ ਕੋ ਭੇਜੀਏ, ਵੋ ਵੀ ਆਪਣਾ ਪੁਆਇੰਟ ਆਫ ਵਿਊ ਰੱਖੇ, ਮਗਰ ਕੋਈ ਆਇਆ ਨਹੀਂ। ਤੋ ਅਬ ਠੀਕ ਹੈ, ਉਨਕੀ ਮਰਜ਼ੀ। ਇਹ ਕਮਿਸ਼ਨ ਬਣਾਉਣ ਵਾਲੀ ਮਨੁੱਖੀ ਅਧਿਕਾਰ ਜਥੇਬੰਦੀ ਦੇ ਨੁਮਾਇੰਦੇ ਵਕੀਲ ਅਮਰ ਸਿੰਘ ਚਾਹਲ ਨੇ ਸਰਕਾਰ ਵੱਲੋਂ ਬਣਾਏ ਗਏ ਕਮਿਸ਼ਨ ਦੇ ਜਸਟਿਸ ਜੋਰਾ ਸਿੰਘ ਨੂੰ ਵੀ ਕਿਹਾ ਕਿ ਉਹ ਵੀ ਬਹਿਬਲ ਕਲਾਂ ਪਹੁੰਚ ਕੇ ਆਪਣੀ ਜਾਂਚ ਲਈ ਉੱਥੇ ਪਹੁੰਚਣ ਵਾਲੇ ਗਵਾਹਾਂ ਦੇ ਬਿਆਨ ਦਰਜ ਕਰਨ, ਤੇ ਉਹਨਾਂ ਨੇ ਜਸਟਿਸ ਜੋਰਾ ਸਿੰਘ ਨੂੰ ਪੂਰੀ ਮਦਦ ਦਾ ਭਰੋਸਾ ਵੀ ਦਿੱਤਾ। ਪਰ ਅਮਰ ਸਿੰਘ ਚਾਹਲ ਨੇ ਦੱਸਿਆ ਕਿ ਜਸਟਿਸ ਜੋਰਾ ਸਿੰਘ ਨੇ ਬਹਿਬਲ ਕਲਾਂ ਵਿੱਚ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਹ ਮੈਂ ਤੇ ਦੋ ਮੇਰੇ ਵਕੀਲ ਸਾਹਿਬਾਨ ਹੋਰ ਮੇਰੇ ਨਾਲ ਗਏ ਸਨ, ਉਹਨਾਂ ਤੇ ਮਕਾਨ ਤੇ ਅਸੀਂ ਗਏ ਸੀ ਜਿੱਥੇ ਉਹਨਾਂ ਦੀ ਰਹਿਸ਼ ਹੈ, ਤੇ ਉਹਨਾਂ ਨੂੰ ਬੇਨਤੀ ਕੀਤੀ ਸੀ ਇੱਕ ਲਿਖਤੀ ਰੂਪ ਦੇ ਵਿੱਚ ਕਿ ਬਹਿਬਲ ਕਲਾਂ 'ਚ ਅਸੀਂ ਕੱਲ ਲੋਕਾਂ ਨੂੰ ਇਕੱਠੇ ਕਰਕੇ ਤੇ ਉਹਨਾਂ ਦੀ ਗਵਾਹੀ ਜਿਹੜੀ ਹੈ ਕਰਵਾ ਰਹੇ ਹਾਂ ਜਸਟਿਸ ਕਟਜੂ ਦੇ ਕਮਿਸ਼ਨ ਕੋਲ, ਤੇ ਤੁਸੀਂ ਵੀ ਆਣ ਕੇ ਹੋ ਕਿਉਂਕਿ ਗਵਾਹ ਉੱਥੇ ਮਿਲ ਸਕਣਗੇ, ਤੇ ਇਸ ਕਰਕੇ ਉਹਨਾਂ ਦੇ ਬਿਆਨ ਲਿਖ ਲਓ। ਤੇ ਉਹਨਾਂ ਨੇ ਇਸ ਗੱਲ ਤੋਂ ਕਾਨਾ ਕਤਰੀ ਕੀਤੀ ਹੈ, ਨਹੀਂ ਆਏ। ਤੇ ਅਸੀਂ ਤਾਂ ਉਹਨਾਂ ਨੂੰ ਕਈ ਤਰ੍ਹਾਂ ਦੀ ਗੱਲ ਕੀਤੀ ਸੀ ਵੀ ਅਸੀਂ ਤੁਹਾਨੂੰ ਪੂਰੀ ਮਦਦ ਕਰਾਂਗੇ, ਉੱਥੇ ਬੰਦੇ ਮਿਲ ਜਾਣਗੇ, ਇੱਥੇ ਜਿਹੜੇ ਬੰਦੇ ਉੱਥੋਂ ਬਹਿਬਲ ਕਲਾਂ ਤੋਂ ਇੱਥੇ ਚੰਡੀਗੜ੍ਹ ਆਉਣੇ ਬੜੀ ਮੁਸ਼ਕਲ ਹੋਊਗੀ, ਉਹਨਾਂ ਦੇ ਰਹਿਣ ਲਈ ਮੁਸ਼ਕਲ ਹੋਏਗੀ, ਉਹਨਾਂ ਨੂੰ ਖਾਣ ਦੀ ਮੁਸ਼ਕਲ ਹੋਏਗੀ, ਉੱਪਰਲਿਓਂ ਪੈਸੇ ਖਰਚ ਕੇ ਆਉਣਗੇ, ਜਦੋਂ ਕਿ ਤੁਸੀਂ ਸਰਕਾਰੀ ਖਰਚੇ 'ਤੇ ਗੱਡੀ 'ਤੇ ਜਾ ਕੇ ਤਾਂ ਉੱਥੇ ਚਲੇ ਜਾਣਾ। ਤਾਂ ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਵੀ ਮੇਰੇ ਕੋਲ ਅਜੇ ਸਟੈਨੋ ਨਹੀਂ ਹੈਗਾ, ਖਰਚਾ ਨਹੀਂ ਦੇ ਸਕਦੇ, ਤੇ ਉਹ ਇਸ ਗੱਲ ਨੂੰ ਮੰਨੇ ਨਹੀਂ ਹੈਗੇ। ਤੇ ਜੋ ਇਹ ਕਮਿਸ਼ਨ ਤੁਸੀਂ ਆਇਆ ਇਸ ਵਾਰ ਜਸਟਿਸ ਕਾਰਡ ਦੀ ਕਮਿਸ਼ਨ, ਇਹਤੋਂ ਅਗਲਾ ਕੀ ਫਰਦਰ ਕੋਈ ਸਟੈਪ ਉਠਾਓਗੇ ਇਹ ਗਵਾਹੀਆਂ ਤੋਂ ਬਾਅਦ? ਇਹਦਾ ਕਮਿਸ਼ਨ ਜਿਹੜਾ ਇੱਕ ਰਿਪੋਰਟ ਤਿਆਰ ਕਰੇਗਾ ਜੀ, ਉਹ ਰਿਪੋਰਟ ਦੇ ਆਧਾਰ ਤੇ ਫਿਰ ਜਿਹੜੇ ਹਿਊਮਨ ਰਾਈਟਸ ਐਕਟੀਵਿਸਟ ਨੇ ਜਿਹੜੇ ਸਾਰੇ ਮਦਦ ਕਰ ਰਹੇ ਨੇ ਉਹ ਬੈਠ ਕੇ ਵਿਚਾਰ ਕਰਨਗੇ ਵੀ ਇਸ ਜਿਹੜੀ ਹੈ ਰਿਪੋਰਟ ਤੇ ਕੀ ਅੱਗੇ ਕਾਰਵਾਈ ਕੀਤੀ ਜਾਏ। ਜਸਟਿਸ ਜੋਰਾ ਸਿੰਘ ਕਮਿਸ਼ਨ ਹੈ ਜਿਹੜਾ ਇਹ ਗੌਰਮੈਂਟ ਨੇ ਬਣਾਇਆ ਸੀਗਾ, ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਪਿਛਲੇ 2-3 ਮਹੀਨਿਆਂ ਦੇ ਵਿੱਚ ਜਿੰਨੀ ਕੁ ਕਾਰਵਾਈ ਕੀਤੀ ਆ, ਇੱਥੇ 15 ਮਿੰਟ ਲਈ ਆਏ, ਕੋਈ ਉਹਨਾਂ ਨੇ ਐਵੀਡੈਂਸ ਰਿਕਾਰਡ ਨਹੀਂ ਕੀਤੀ, ਇੱਕ ਆਈ ਵਾਸ਼ ਹੈ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਹੈ। ਜਿਹੜਾ ਸਾਨੂੰ ਕਮਿਸ਼ਨ ਹਿਊਮਨ ਰਾਈਟਸ ਜਥੇਬੰਦੀਆਂ ਨੂੰ ਬਣਾਉਣ ਦੀ ਲੋੜ ਪਈ, ਅਸੀਂ ਇਸ ਦੀ ਜੋ ਸੱਚਾਈ ਹੈ, ਜੋ ਇਸ ਦੇ ਪਿੱਛੇ ਘਟਨਾ ਕਿਉਂ ਵਾਪਰੀ, ਕਿਹੜੇ ਇੱਦਾਂ ਦੇ ਹਾਲਾਤ ਬਣੇ ਕਿ ਪੰਜਾਬ ਦੀ ਪੁਲਿਸ ਨੂੰ, ਪੰਜਾਬ ਗੌਰਮੈਂਟ ਨੂੰ ਹੈ ਜਿਹੜੇ ਕਿ ਦੋ ਨੌਜਵਾਨ ਹੈ ਜਿਹੜੇ ਉਹਨਾਂ ਦੀ ਜਾਨ ਲੈਣੀ ਪਈ, ਔਰ ਇਸ ਸੱਚਾਈ ਨੂੰ ਲੋਕਾਂ ਦੇ ਅੱਗੇ ਜਗ ਜਾਹਰ ਕਰਨ ਦੇ ਲਈ ਸਾਨੂੰ ਇਹ ਜਿਹੜਾ ਜਸਟਿਸ ਮਾਰਕੰਡੇ ਕਾਰਜੂ ਕਮਿਸ਼ਨ ਹੈ ਜਿਹੜਾ ਬਣਾਉਣਾ ਪਿਆ।
30 ਤਰੀਕ ਨੂੰ ਆਪਾਂ ਮੌਕਾ ਇੰਸਪੈਕਟ ਕਰਾਇਆ ਸੀ ਕੱਲ ਅੱਜ ਜਿਹੜੀਆਂ ਐਵੀਡੈਂਸ ਸਾਨੂੰ ਪਿਛਲੇ 5-6 ਦਿਨਾਂ ਦੇ ਵਿੱਚ ਇੱਥੇ ਰਹਿਣ ਤੋਂ ਬਾਅਦ ਦੇ ਨਾਲ 5-6 ਪਿੰਡ ਜਿਹੜੇ ਇੱਥੇ ਸੀਗੇ ਉਸ ਸਮੇਂ ਮੌਜੂਦ ਸੀਗੇ ਜਿਨ੍ਹਾਂ ਦੇ ਵਸੇਂਦੇ ਉਹਨਾਂ ਦੀਆਂ ਅਸੀਂ ਉਹ ਐਵੀਡੈਂਸ ਰਿਕਾਰਡ ਕੀਤੀਆਂ ਸੀਗੀਆਂ ਜਿਹੜੀਆਂ ਜਿਨ੍ਹਾਂ ਨੂੰ ਗੋਲੀਆਂ ਵੱਜੀਆਂ ਇੰਜਰਡ ਹੋਏ ਆ ਔਰ ਜਿਨ੍ਹਾਂ ਦੀ ਪ੍ਰੋਪਰਟੀ ਡੈਮੇਜ ਹੋਈ ਹੈ ਜਿਵੇਂ ਟਰਾਲੀਆਂ ਦੇ ਟਾਇਰ ਮੋਟਰਸਾਈਕਲ ਟੈਂਟ ਜਨਰੇਟਰ ਮਤਲਬ ਸਪੀਕਰ ਉਹ ਅਸੀਂ ਉਹਨਾਂ ਨੇ ਰਿਕਾਰਡ ਕੀਤੇ ਆ ਅੱਜ ਉਹਨਾਂ ਦੀ ਐਵੀਡੈਂਸ ਹੋਈਆਂ ਨੇ ਜਸਟਿਸ ਸਾਹਿਬ ਦੀ ਰਿਪੋਰਟ ਤੋਂ ਬਾਅਦ ਅਸੀਂ ਇਹ ਐਵੀਡੈਂਸ ਜਿਹੜੇ ਜੋਰਾ ਸਿੰਘ ਕਮਿਸ਼ਨ ਨੂੰ ਵੀ ਦਿਆਂਗੇ 3 ਤੋਂ ਬਾਅਦ ਅਸੀਂ ਦੇਖਾਂਗੇ ਕਿ ਜੋਰਾ ਸਿੰਘ ਕਮਿਸ਼ਨ ਅਤੇ ਜਸਟਿਸ ਮਾਰਕੰਡੇ ਕਾਟਜੂ ਦਾ ਜਿਹੜਾ ਕਮਿਸ਼ਨ ਹੈ ਦੋਨਾਂ ਕਮਿਸ਼ਨਾਂ ਦੀ ਕੀ ਰਿਪੋਰਟ ਹੈ ਅਗਰ ਅਸੀਂ ਸੋਚਦੇ ਹਾਂ ਕਿ ਸਾਨੂੰ ਇਨਸਾਫ਼ ਨਹੀਂ ਮਿਲਿਆ ਜੋਰਾ ਸਿੰਘ ਨੇ ਇਨਸਾਫ਼ ਨਹੀਂ ਦਿੱਤਾ ਜਾਂ ਅਤੇ ਅਸੀਂ ਸਾਰੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਅਸੀਂ ਇਹਨਾਂ ਦੀ ਰਿਪੋਰਟ ਦੇ ਬੇਸ ਦੇ ਉੱਤੇ ਅਸੀਂ ਹਾਈਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਹੈ ਜਿਹੜੀ PIL ਫਾਈਲ ਕਰਾਂਗੇ ਜਸਟਿਸ ਕਾਟਜੂ ਕਮਿਸ਼ਨ ਦੇ ਬੈਠਣ ਦੇ ਪਿੱਛੇ ਜਿਹੜਾ ਮੁੱਖ ਮਕਸਦ ਹੈ ਉਹ ਇਹ ਹੈ ਕਿ ਪੰਜਾਬ ਸਰਕਾਰ ਨੇ ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ ਜਿਹੜੇ ਦੋ ਸਿੰਘ ਸ਼ਹੀਦ ਹੋਏ ਸੀ ਨਿਹੱਥੇ ਸਿੰਘ ਮਾਰ ਦਿੱਤੇ ਗਏ ਸੀ ਉਹਨਾਂ ਨੂੰ ਇਨਸਾਫ਼ ਨਹੀਂ ਦਿੱਤਾ ਕੋਈ ਪੁਲਿਸ ਵਾਲਾ ਜਿਹੜਾ ਦੋਸ਼ੀ ਹੈ ਉਹ ਅਜੇ ਤੱਕ ਗ੍ਰਿਫਤਾਰ ਨਹੀਂ ਹੋਇਆ ਇੱਕ ਸੀਨੀਅਰ ਅਧਿਕਾਰੀ ਨੂੰ ਸਸਪੈਂਡ ਕੀਤਾ ਸਿਰਫ ਇੱਕ ਖਾਨਾਪੁਰੀ ਕਰਨ ਲਈ ਉਹ ਸਸਪੈਂਡ ਕੀਤਾ ਗਿਆ ਲੇਕਿਨ ਇਸ ਤੋਂ ਅੱਗੇ ਕੋਈ ਗੱਲ ਨਹੀਂ ਚੱਲੀ ਸੋ ਜਸਟਿਸ ਕਾਟਜੂ ਕਮਿਸ਼ਨ ਦੀ ਜਿਹੜਾ ਗਠਿਤ ਹੈ ਉਹ ਪੰਜਾਬ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਕਰਕੇ ਪਹਿਲਕਦਮੀ ਕੀਤੀ ਔਰ ਇੱਕ ਚੰਗਾ ਕਦਮ ਹੈ ਤਾਂ ਘੱਟ ਤੋਂ ਘੱਟ ਇਨਸਾਫ਼ ਦੇ ਨਾਂ 'ਤੇ ਚੰਗਾ ਕਦਮ ਹੈ ਔਰ ਇਹਦੇ ਨਾਲ ਇੱਕ ਇਨਸਾਫ਼ ਦੀ ਉਮੀਦ ਜਿਹੜੀ ਬੱਝੀ ਹੈ ਮੈਂ ਸਮਝਦਾ ਕਿ ਇਸ ਕਮਿਸ਼ਨ ਦਾ ਜਿਹੜਾ ਪ੍ਰਭਾਵ ਹੈ ਉਹ ਸਭ ਤੋਂ ਪਹਿਲਾਂ ਤਾਂ ਇਹ ਪ੍ਰਭਾਵ ਇਹ ਪਏਗਾ ਕਿ ਜਿਹੜਾ ਸਰਕਾਰ ਨੇ ਜਸਟਿਸ ਜੋਰਾ ਸਿੰਘ ਅਧਾਰਿਤ ਇੱਕ ਕਮਿਸ਼ਨ ਬਣਾਇਆ ਉਹਨੂੰ ਸੱਚ ਦੇ ਨੇੜੇ ਤੇੜੇ ਰਹਿਣਾ ਪਏਗਾ ਦੂਸਰੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਜਿਹੜਾ ਹੁਣ ਤੱਕ ਇਨਸਾਫ਼ ਨਹੀਂ ਕੀਤਾ ਔਰ ਇਨਸਾਫ਼ ਨਾ ਦੇ ਕੇ ਵੀ ਉਹ ਆਪਣੇ ਆਪ ਨੂੰ ਸੱਚਾ ਸਾਬਤ ਕਰ ਰਹੀ ਹੈ ਉਹ ਨੰਗੀ ਹੋਏਗੀ ਸਰਕਾਰ ਤੀਸਰੀ ਗੱਲ ਹੈ ਕਿ ਇਸ ਕਮਿਸ਼ਨ ਦਾ ਜਿਹੜਾ ਰਿਪੋਰਟ ਹੋਏਗੀ ਉਹ ਰਿਪੋਰਟ ਜਿਹੜੀ ਹੈ ਮਨੁੱਖੀ ਅਧਿਕਾਰ ਸੰਸਥਾਵਾਂ ਲਈ ਅਤੇ ਸ਼ਖਸੀਅਤਾਂ ਲਈ ਬੜੀ ਲਾਹੇਵੰਦ ਹੋਏਗੀ ਉਹ ਇਸ ਕਮਿਸ਼ਨ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਹਾਈਕੋਰਟ ਜਾ ਸਕਦੇ ਨੇ PIL ਜਿਹੜੀ ਹੈ ਉਹ ਦਾਖਲ ਕਰ ਸਕਦੇ ਨੇ ਸੋ ਇਸ ਜਿਹੜਾ ਜਸਟਿਸ ਕਾਟਜੂ ਕਮਿਸ਼ਨ ਹੈ ਇਸ ਨਾਲ ਬਹੁਤ ਪ੍ਰਭਾਵ ਪੈਣਗੇ ਔਰ ਲੋਕਾਂ ਦੇ ਵਿੱਚ ਇਨਸਾਫ਼ ਦੀ ਜਿਹੜੀ ਇੱਕ ਉਮੀਦ ਉਹ ਜਾਗੇਗੀ ਔਰ ਸਰਕਾਰ ਦਾ ਜਿਹੜਾ ਇੱਕ ਅਲੱਗ ਦੂਸਰਾ ਚਿਹਰਾ ਇਨਸਾਫ਼ ਨਾ ਦੇ ਕੇ ਵੀ ਆਪਣੇ ਆਪ ਨੂੰ ਸੱਚਾ ਸਾਬਤ ਕਰਨਾ ਉਹ ਨੰਗਾ ਹੋਏਗਾ ਭਾਵੇਂ ਕਿ ਇਸ ਜਾਂਚ ਰਿਪੋਰਟ ਨਾਲ ਕਿਸੇ ਦੋਸ਼ੀ ਨੂੰ ਇਸ ਸਮੇਂ ਸਜ਼ਾ ਨਹੀਂ ਹੋ ਸਕਦੀ ਪਰ ਇਹ ਜਾਂਚ ਰਿਪੋਰਟ ਉਹਨਾਂ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਇੱਕ ਅਹਿਮ ਕੜੀ ਜ਼ਰੂਰ ਬਣ ਸਕਦੀ ਹੈ ਜਿਨ੍ਹਾਂ ਨੇ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ 'ਤੇ ਗੋਲੀਆਂ ਚਲਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ